ਫਾਇਦਾ ਇਹਨਾਂ ਦੇ ਬਿਜ਼ਨਸ ਜਿਹੜੇ ਆ 15% ਪਿਛਲੇ ਮਹੀਨੇ ਡਾਊਨ ਹੋਏ ਆ, ਉਹਨਾਂ ਦੇ ਹਿਸਾਬ ਦੇ ਨਾਲ ਉਹ 75% ਜਿਹੜੀਆਂ ਵੇਜਸ ਹੈਗੀਆਂ ਉਹਨਾਂ ਦੇ ਇੰਪਲਾਈ ਨੂੰ ਉਹ ਦੇਣਗੇ। ਲੋਕ ਜਿਹੜੇ ਨੇ ਉਹ ਤਰਾਹੀ ਤਰਾਹੀ ਕਰ ਰਹੇ ਹੋਣ ਕਿ ਸਾਡੇ ਕਾਰੋਬਾਰ ਬੰਦ ਹੋ ਗਏ, ਤੇ ਸਰਕਾਰ ਕਹਿੰਦੀ ਫਿਕਰ ਨਾ ਕਰੋ, ਅਸੀਂ ਤੁਹਾਡੀ ਪਿੱਠ ਪਿੱਛੇ ਖੜੇ ਹਾਂ। ਤੇ ਬਹੁਤ ਸਾਰੇ ਲੋਕਾਂ ਨੂੰ ਅੱਜ ਸ਼ਾਇਦ ਪੈਸੇ ਆ ਗਏ ਹੋਣਗੇ ਅਗਰ ਉਹਨਾਂ ਨੇ ਡਾਇਰੈਕਟ ਡਿਪੋਜ਼ਿਟ ਕੀਤਾ ਹੋਇਆ ਆਪਣੇ ਟੈਕਸ ਰਿਟਰਨ ਦੇ ਵਿੱਚ, ਤੇ ਜੋ ਬਾਕੀ ਮੇਰੇ ਭੈਣਾਂ ਤੇ ਵੀ ਰਹਿ ਗਏ ਨੇ ਉਹਨਾਂ ਦੇ ਪੈਸੇ ਵੀ ਕੁਝ ਦਿਨਾਂ ਜਾਂ ਕੁਝ ਹਫ਼ਤਿਆਂ ਦੇ ਵਿੱਚ ਉਹਨਾਂ ਦੇ ਅਕਾਊਂਟ ਦੇ ਵਿੱਚ ਆ ਜਾਣਗੇ। ਜਿਹੜਾ ਸਰਕਾਰ ਵੱਲੋਂ ਇਹ ਕਦਮ ਚੁੱਕੇ ਗਏ ਨੇ ਉਹਨਾਂ ਨੇ ਲੋਕਾਂ ਦੇ ਦਰਦ ਨੂੰ ਕਿੰਨਾ ਘੱਟ ਕੀਤਾ ਹੈ? ਕਾਰਨ ਹਰ ਇੱਕ ਦਿਨ ਮੈਂ ਲੋਕਾਂ ਦੀ ਗੱਲ ਸੁਣ ਰਹੀ ਹਾਂ ਤੇ ਉਹਦੇ ਮੁਤਾਬਕ ਆਪਣੀ ਪਾਲਿਸੀ ਚੇਂਜ ਵੀ ਕਰ ਰਹੀ ਹਾਂ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਮੈਂ ਹਾਂ ਪਲਿੰਦਰ ਸਿੰਘ ਬਿਰਮਾਨੀ ਤੇ ਤੁਸੀਂ ਵੇਖ ਰਹੇ ਹੋ ਮੇਰੇ ਨਾਲ ਸਾਡਾ ਖਾਸ ਪ੍ਰੋਗਰਾਮ ਨਜ਼ਰੀਆ। ਕੈਲੀਫੋਰਨੀਆ ਦੀ ਜੇਕਰ ਗੱਲ ਕੀਤੀ ਜਾਏ ਤਾਂ ਕੈਲੀਫੋਰਨੀਆ ਵਿੱਚ ਪੰਜਾਬੀਆਂ ਨੇ ਵਡਮੁੱਲੀਆਂ ਮੱਲਾਂ ਮਾਰੀਆਂ ਨੇ, ਅਤੇ ਖਾਸ ਤੌਰ ਤੇ ਇੱਕ ਅਜਿਹਾ ਬਿਜ਼ਨਸ ਹੈ ਜਿਸ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਹਮੇਸ਼ਾ ਸ਼ੁਮਾਰ ਕੀਤਾ, ਅਤੇ ਉਸ ਬਿਜ਼ਨਸ ਨੇ ਪੂਰੇ ਕੈਲੀਫੋਰਨੀਆ ਦਾ ਨਹੀਂ ਬਲਕਿ ਅਮਰੀਕਾ ਦਾ ਵਿਕਾਸ ਵਿੱਚ ਇੱਕ ਅਹਿਮ ਕੰਮ ਕੀਤਾ। ਉਹ ਬਿਜ਼ਨਸ ਹੈ ਟਰੱਕਿੰਗ ਦਾ। ਜੀ ਹਾਂ, ਟਰੱਕਿੰਗ ਖੇਤਰ ਵਿੱਚ ਪੰਜਾਬੀਆਂ ਨੇ ਬੇਹੱਦ ਮੱਲਾਂ ਮਾਰੀਆਂ ਹੋਈਆਂ ਨੇ। ਅਸੀਂ ਅੱਜ ਇੱਕ ਅਜਿਹੇ ਪੰਜਾਬੀ ਦੇ ਕੋਲ ਪਹੁੰਚਿਆ ਜਿਹਨੇ ਕਿ ਪੰਜਾਬ ਦੀ ਧਰਤੀ ਤੋਂ ਆਪਣਾ ਜਨਮ ਲਿਆ ਅਤੇ ਫਿਰ ਉਸ ਤੋਂ ਬਾਅਦ ਅਮਰੀਕਾ ਆ ਕੇ ਵਸੇ, ਕਿਸ ਤਰ੍ਹਾਂ ਉਹਨਾਂ ਨੇ ਆਪਣੀ ਮਿਹਨਤ ਸਦਕਾ ਅੱਜ ਇਸ ਮੁਕਾਮ ਤੇ ਪਹੁੰਚਣੇ ਕਿ ਮੇਰੇ ਪਿੱਛੇ ਤੁਸੀਂ ਵੇਖ ਰਹੇ ਹੋ ਇੱਕ ਖਾਸ ਸਟੋਰ, ਬੈਸਟ ਪ੍ਰਾਈਜ਼ ਦਾ ਇਹ ਸਟੋਰ ਹੈ ਜੋ ਕਿ ਹੈ ਮਨਪ੍ਰੀਤ ਸਿੰਘ ਭੁੱਲਰ ਦਾ ਅਤੇ ਉਹਨਾਂ ਦੇ ਪਾਰਟਨਰ ਅਮਨਦੀਪ ਸਿੰਘ ਦਾ। ਉਹਨਾਂ ਨਾਲ ਗੱਲਾਂਬਾਤ ਅੱਜ ਕਰਾਂਗੇ ਔਰ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਜਿਹੜੇ ਪੰਜਾਬ ਦੇ ਜਿਹੜੇ ਯੂਥ ਨੇ ਜੇਕਰ ਉਹ ਇੱਥੇ ਆਉਂਦੇ ਨੇ ਤਾਂ ਕਿਸ ਤਰ੍ਹਾਂ ਆਪਣਾ ਉਪਵਿਕ ਸਵਾਰ ਸਕਦੇ ਨੇ, ਅਤੇ ਉਹਨਾਂ ਦੇ ਸਟੋਰ ਵਿੱਚ ਅੱਜ ਇੱਥੇ ਕੀ ਕੁਝ ਮੌਜੂਦ ਹੈ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਉਹ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ। ਸੋ ਅਸੀਂ ਇਸ ਸਮੇਂ ਸਟੋਰ ਦੇ ਅੰਦਰ ਪਹੁੰਚ ਚੁੱਕੇ ਹਾਂ ਔਰ ਮੇਰੇ ਨਾਲ ਇੱਥੇ ਮੌਜੂਦ ਨੇ, ਜਿਵੇਂ ਤੁਹਾਨੂੰ ਮੈਂ ਕਿਹਾ ਸੀ, ਮਨਪ੍ਰੀਤ ਸਿੰਘ ਭੁੱਲਰ ਸਾਹਿਬ ਅਤੇ ਅਮਨਦੀਪ ਸਿੰਘ ਜੀ। ਅਮਨਦੀਪ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਲਈ। ਭੁੱਲਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਾਨੂੰ ਇੱਥੇ ਸੱਦਣ ਦੇ ਲਈ, ਸਾਨੂੰ ਬੁਲਾਉਣ ਦੇ ਲਈ। ਭੁੱਲਰ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿਉਂਕਿ ਆਪਾਂ ਕੈਲੀਫੋਰਨੀਆ ਦੇ ਇਸ ਸਮੇਂ ਧਰਤੀ 'ਤੇ ਬੈਠੇ ਹਾਂ। ਕੈਲੀਫੋਰਨੀਆ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕੰਮ ਹੈਗਾ ਇਸ ਸਮੇਂ ਟਰੱਕਿੰਗ ਇੰਡਸਟਰੀ ਦਾ ਬਹੁਤ ਜ਼ਿਆਦਾ। ਸਾਡੇ ਪੰਜਾਬੀ ਭਰਾ ਬਹੁਤ ਜ਼ਿਆਦਾ ਟਰੱਕਿੰਗ ਇੰਡਸਟਰੀ ਨੂੰ ਤਰਜੀਹ ਦੇ ਰਹੇ ਨੇ, ਇਹਦਾ ਮੁੱਖ ਕਾਰਨ ਕੀ ਤੁਸੀਂ ਮੰਨਦੇ? ਮੁੱਖ ਕਾਰਨ ਭਾਅ ਜੀ ਇਹਦਾ ਇਹ ਆ ਵੀ ਜਿੱਦਾਂ ਟਰੱਕਿੰਗ ਇੱਕ ਇਹੋ ਜਿਹਾ ਪਲੇਟਫਾਰਮ ਆ ਜਿਹਦੇ 'ਤੇ ਤੁਸੀਂ ਥੋੜ੍ਹੇ ਜਿਹੇ ਪੈਸੇ ਲਾ ਕੇ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਦੇ ਹੋ, ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਆਪਾਂ ਤੁਹਾਨੂੰ ਪਤਾ ਹੀ ਆ ਵੀ ਜ਼ਿਆਦਾਤਰ ਜਿਹੜੇ ਆਪਾਂ ਪੰਜਾਬੀ ਲੋਕ ਹੈ ਨਾ ਜਿਹੜੇ ਪੰਜਾਬ ਤੋਂ ਆਉਂਦੇ ਆ ਉਹ ਉੱਥੇ ਖੇਤੀ ਨਾਲ ਦੇ ਕਿੱਤੇ ਨਾਲ ਸੰਬੰਧਿਤ ਨੇ, ਅਤੇ ਉਹ ਸਾਰੇ ਦੇ ਸਾਰੇ ਜਿੱਦਾਂ ਕਹਿ ਲਓ ਵੀ ਆਪਣਾ ਆਪਣੇ ਆਪ 'ਚ ਬੌਸ ਨੇ, ਅਤੇ ਕੋਈ ਵੀ ਨਹੀਂ ਚਾਹੁੰਦਾ ਸਾਡਾ ਬੌਸ ਹੋਵੇ, ਅਤੇ ਇਸ ਕਰਕੇ ਉਹ ਇੱਥੇ ਆਉਂਦੇ ਨੇ, ਆਣ ਕੇ ਆਪਣਾ ਮਜ਼ੇ ਨਾਲ ਟਰੱਕ ਸ਼ੁਰੂ ਕਰਦੇ ਨੇ, ਸਾਲ 6 ਮਹੀਨੇ ਕਿਸੇ ਦਾ ਚਲਾ ਕੇ ਥੋੜ੍ਹੇ ਬਹੁਤ ਪੈਸੇ ਡਾਊਨ ਦੇ ਕੇ ਅਤੇ ਉਹ ਆਪਣਾ ਟਰੱਕ ਲੈ ਲੈਂਦੇ ਨੇ, ਅਤੇ ਆਪਣਾ ਬੜਾ ਵਧੀਆ ਕਾਰੋਬਾਰ ਆਪਣਾ ਬੱਚਿਆਂ ਨੂੰ ਪਾਲ ਸਕਦੇ ਨੇ, ਬੜਾ ਵਧੀਆ ਕਾਰੋਬਾਰ ਚਲਾ ਲੈਂਦੇ ਨੇ। ਇਹ ਸਵਾਲ ਤੁਹਾਡੇ ਤੋਂ ਵੀ ਅਮਨਦੀਪ ਸਿੰਘ ਜੀ ਕਰਨਾ ਚਾਹਾਂਗਾ ਕਿ ਤੁਸੀਂ ਕੀ ਨਜ਼ਰ ਨਾਲ ਵੇਖਦੇ ਹੋ, ਕਿਉਂਕਿ ਕੈਲੀਫੋਰਨੀਆ ਦੀ ਜੇਕਰ ਵਿਕਾਸ ਦੀ ਜੇਕਰ ਗੱਲ ਕਰੀਏ ਤਾਂ ਕੈਲੀਫੋਰਨੀਆ ਦੇ ਵਿਕਾਸ ਟਰੱਕਾਂ ਭਰਾਵਾਂ ਦੀ ਬਦੌਲਤ ਅੱਜ ਬਹੁਤ ਸਿੱਖਣਾ 'ਤੇ ਹੈ, ਕਿਉਂਕਿ ਜੇਕਰ ਅਸੀਂ ਵੱਡੇ ਸ਼ਹਿਰਾਂ ਦੀ ਨਾ ਗੱਲ ਕਰੀਏ, ਹੁਣ ਜਿਹੜੇ ਨਵੇਂ ਸ਼ਹਿਰ ਬਣ ਰਹੇ ਨੇ, ਮੈਂਟੀਕਾ ਦੀ ਗੱਲ ਕਰੀਏ, ਟ੍ਰੇਸੀ ਦੀ ਗੱਲ ਕਰੀਏ, ਸਟੋਕਟਨ ਦੀ ਗੱਲ ਕਰੀਏ, ਅਜਿਹੇ ਕਈ ਐਸੇ ਸ਼ਹਿਰ ਨੇ ਜੋ ਕਿ ਟਰੱਕਾਂ ਭਰਾਵਾਂ ਦੀ ਬਦੌਲਤ ਹੀ ਇਹ ਸ਼ਹਿਰ ਬਣੇ ਨੇ। ਹਾਂਜੀ ਹਾਂਜੀ, ਇਹ ਵੀ ਆ। ਹੁਣ ਸਟੋਕਟਨ ਆ ਭਾਅ ਜੀ, ਇਹ ਮੇਨ ਹੈ ਹੀ ਟਰੱਕਿੰਗ ਬੇਸ 'ਤੇ ਆ ਸਾਰਾ। ਹੁਣ ਇੱਥੇ ਪੋਰਟ ਆ, ਜਿਵੇਂ ਇੱਥੇ ਪਹਿਲਾਂ ਕਹਿੰਦੇ ਸੀਗੇ ਓਟਲੈਂਡ ਤੋਂ ਇੱਥੇ ਪੋਰਟ ਲੈ ਕੇ ਆਉਣਾ ਹੈ ਨਾ, ਇਹ ਕਿਉਂਕਿ ਇੱਥੇ ਇੱਕ ਮਿਡਲ 'ਚ ਪੈਂਦਾ, ਇੱਥੋਂ ਸਲੀਨਸ ਆ, ਇੱਧਰ ਸੈਕਰਾਮੈਂਟੋ ਆ, ਜਿਵੇਂ ਆਪਾਂ ਸਿਆਟਲ ਨੂੰ ਜਾਂਦੇ ਹਾਂ, ਇੱਕ ਮੇਨ ਤਰ੍ਹਾਂ ਦੀ ਹਾਬੀ ਹੈ ਤੁਸੀਂ ਕਹਿ ਸਕਦੇ ਹਾਂ। ਇਸ ਕਰਕੇ ਮੋਸਟਲੀ ਜ਼ਿਆਦਾ ਟਰੱਕਿੰਗ ਦੇ ਰਿਲੇਟਡ ਬਿਜ਼ਨਸ ਇੱਥੇ ਹੈਗੇ ਨੇ। ਹਾਂਜੀ,
ਔਰ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਜਾਰੀ ਰੱਖਾਂਗੇ ਔਰ ਤੁਹਾਡਾ ਅਸੀਂ ਸਟੋਰ ਵੀ ਦੇਖਾਂਗੇ ਔਰ ਲੋਕਾਂ ਨੂੰ ਦਿਖਾਵਾਂਗੇ ਵੀ ਕਿਉਂਕਿ ਅਜਿਹੇ ਸਟੋਰਾਂ ਦੀ ਆਖਿਰ ਬੜੀ ਬੇਹੱਦ ਘਾਟ ਵੀ ਦਿਖਾਈ ਦੇ ਰਹੀ ਹੈ ਕਿਉਂਕਿ ਬੈਸਟ ਪ੍ਰਾਈਜ਼ ਜਿਹੜਾ ਸਟੋਰ ਹੈ ਬੈਸਟ ਪ੍ਰਾਈਜ਼ ਤਾਂ ਦੇ ਹੀ ਰਿਹਾ ਆਮ ਲੋਕਾਂ ਲਈ ਹੋਰ ਕਿਹੜੀਆਂ ਸਹੂਲਤਾਂ ਲੈ ਕੇ ਆ ਰਿਹਾ ਉਹ ਵੀ ਭੁੱਲਰ ਸਾਹਿਬ ਤੁਹਾਡੇ ਤੋਂ ਜਾਣਨਾ ਚਾਹਾਂਗੇ ਪਰ ਸਭ ਤੋਂ ਪਹਿਲਾਂ ਤਾਂ ਪੰਜਾਬੀ ਭਰਾਵਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਭੁੱਲਰ ਸਾਹਿਬ ਕੈਲੀਫੋਰਨੀਆ ਦੀ ਧਰਤੀ ਪਹੁੰਚੇ ਕਿਵੇਂ ਹਾਂਜੀ ਭਾਅ ਜੀ ਮੈਂ ਬੈਕ 2002 ਦੇ ਵਿੱਚ ਆਇਆ ਸੀ ਅਮਰੀਕਾ ਦੇ ਵਿੱਚ ਅਤੇ ਮਤਲਬ ਕਹਿ ਲਓ ਵੀ ਕੁਛ ਚੀਜ਼ਾਂ ਸੀ ਜਿਨ੍ਹਾਂ ਦਾ ਕਰਕੇ ਮੈਨੂੰ ਕੁਛ ਫੈਮਿਲੀ ਨਾਲ ਕੁਛ ਜਾਂ ਕਹਿ ਲਓ ਸਮਾਜਿਕ ਸੀ ਉਹਨਾਂ ਕਰਕੇ ਸਾਨੂੰ ਮੈਨੂੰ ਇੱਥੇ ਆਉਣਾ ਪਿਆ ਜੀ ਅਤੇ ਫਿਰ ਮਤਲਬ 2002 ਦਸੰਬਰ 'ਚ ਆਇਆ ਸੀ ਮੈਂ ਅਮਰੀਕਾ 'ਚ ਅਮਰੀਕਾ 'ਚ ਤੁਸੀਂ ਆਏ ਤਾਂ ਸੀ ਲੇਕਿਨ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਕੰਮ ਸੀਗਾ ਉਹ ਤੁਸੀਂ ਕੀ ਕਰਨਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਭਾਅ ਜੀ ਮੈਂ ਇੱਥੇ ਆਣ ਕੇ ਅਤੇ ਕੋਈ ਤਕਰੀਬਨ 1 ਸਾਲ ਗੈਸ ਸਟੇਸ਼ਨ 'ਤੇ ਕੰਮ ਕੀਤਾ ਐਜ਼ ਕੈਸ਼ੀਅਰ ਅਤੇ ਉਸ ਤੋਂ ਬਾਅਦ ਫਿਰ ਮੈਂ ਪੈਪਸੀ ਦੇ ਵਿੱਚ ਮੈਨੂੰ ਜੋਬ ਮਿਲ ਗਈ ਮੈਂ ਟਰੱਕ ਚਲਾਇਆ ਅਤੇ ਫਿਰ ਉੱਥੋਂ ਟਰੱਕ ਤੋਂ ਬਾਅਦ ਮੈਂ ਅਬਾਊਟ 2004 ਦੇ ਲਾਸਟ ਦੇ ਵਿੱਚ ਫਿਰ ਮੈਂ ਆਪਣੇ ਫਰੈਂਡ ਦੇ ਨਾਲ ਲੌਂਗ 'ਤੇ ਜਾ ਕੇ ਟਰੱਕ ਚਲਾ ਕੇ ਦੇਖ ਕੇ ਅਤੇ ਫਿਰ ਮੈਂ 2005 ਦੇ ਸਟਾਰਟਿੰਗ 'ਚ ਆਪਣਾ ਟਰੱਕ ਲੈ ਕੇ ਅਤੇ ਬਸ ਉਦੋਂ ਤੋਂ ਫਿਰ ਟਰੈਕਿੰਗ ਦੇ ਨਾਲ ਜੁੜ ਗਏ ਟਰੈਕਿੰਗ ਇੰਡਸਟਰੀ ਜਿਹੜੀ ਗੱਲ ਕਰੀਏ ਟਰੈਕਿੰਗ ਇੰਡਸਟਰੀ ਵਿੱਚ ਜੋਬ ਬਹੁਤ ਜ਼ਿਆਦਾ ਹੈ ਅੱਜ ਦੇ ਟਾਈਮ ਵਿੱਚ ਵੀ ਪਰ ਜਦੋਂ ਤੁਸੀਂ ਇੱਥੇ ਆਏ ਸੀਗੇ ਉਸ ਟਾਈਮ ਦੀ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਦੀ ਗੱਲ ਕਰੀਏ 15 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਕੀ ਉਸ ਸਮੇਂ ਵੀ ਕੰਮ ਈਜ਼ੀਲੀ ਮਿਲ ਜਾਂਦਾ ਸੀ ਨਹੀਂ ਇੱਦਾਂ ਨਹੀਂ ਸੀ ਕਿਉਂਕਿ ਉਦੋਂ ਇੰਨੇ ਜ਼ਿਆਦਾ ਟਰੱਕ ਵੀ ਨਹੀਂ ਹੁੰਦੇ ਸੀ ਹੁਣ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹਾਂ ਕਿ ਰੋਡ ਵੀ ਭਰੇ ਨੇ ਤੁਸੀਂ ਸਟਾਕਟਨ ਲੈਥਰੋਪ ਮੰਟੀਕੇ ਟ੍ਰੇਸੀ ਸਾਰੇ ਏਰੀਏ ਦੇ ਵਿੱਚ ਜੇ ਤੁਸੀਂ ਟਰੱਕ ਪਾਰਕਿੰਗ ਲਈ ਸਪੇਸ ਲੈਣਾ ਆ ਨਾ ਯਾਰਡ ਜਿਹਨੂੰ ਕਹਿ ਦਿੰਦੇ ਆ ਰੈਂਟ 'ਤੇ ਲੈਣੀ ਆ ਤੁਹਾਨੂੰ ਮਿਲੇਗਾ ਨਹੀਂ ਕਿਤੇ ਵੀ ਈਵਨ ਤੁਹਾਨੂੰ ਤੁਹਾਡੇ ਕੋਲ 5 ਟਰੱਕ ਨੇ ਤੁਹਾਨੂੰ 5 ਟਰੱਕ ਲਈ ਪਾਰਕਿੰਗ ਨਹੀਂ ਮਿਲੇਗੀ ਉਹਦਾ ਕਾਰਨ ਇਹ ਆ ਵੀ ਟਰੱਕ ਇੰਨੇ ਜ਼ਿਆਦਾ ਹੋ ਗਏ ਆ ਪਹਿਲਾਂ ਇੰਨੇ ਜ਼ਿਆਦਾ ਟਰੱਕ ਨਹੀਂ ਹੁੰਦੇ ਸੀ ਹੁਣ ਟਰੱਕ ਜ਼ਿਆਦਾ ਹੈ ਤਾਂ ਨੈਚੁਰਲੀ ਗੱਲ ਆ ਉਹਦੇ ਸਪੇਅਰ ਪਾਰਟਸ ਦੀ ਵੀ ਗੱਲ ਕੀਤੀ ਜਾਏ ਤਾਂ ਸਪੇਅਰ ਪਾਰਟਸ ਵੀ ਜ਼ਿਆਦਾ ਮਿਲਣ ਹੋਣਗੇ ਹਰ ਇੱਕ ਕੰਪਨੀ ਆਪਣੇ ਵੱਲੋਂ ਇੱਕ ਨਵਾਂ ਸਪੇਅਰ ਪਾਰਟ ਕੱਢਣ ਦੀ ਕੋਸ਼ਿਸ਼ ਕਰਦੀ ਹੈ ਤਾਂ ਕਿ ਅਸੀਂ ਦੂਸਰੇ ਟਰੱਕਾਂ ਨਾਲੋਂ ਅਸੀਂ ਬਿਹਤਰ ਆਪਣਾ ਟਰੱਕ ਬਣਾ ਸਕੀਏ ਤਾਂ ਵਾਕਈ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਸਾਨੂੰ ਸਪੇਅਰ ਪਾਰਟਸ ਵੀ ਬਹੁਤ ਅਥਾਂ ਦੀ ਜ਼ਰੂਰਤ ਪੈਂਦੀ ਹੈ ਇੱਕ ਸਟੋਰ ਵਿੱਚ ਕੀ ਸਾਰੇ ਸਪੇਅਰ ਪਾਰਟਸ ਮਿਲਣੇ ਤੁਹਾਨੂੰ ਲੱਗਦਾ ਕਿ ਮਿਲ ਜਾਂਦੇ ਨੇ ਲੋਕਾਂ ਨੂੰ ਨਹੀਂ ਕਦੀ ਨਹੀਂ ਇੱਦਾਂ ਹੋ ਹੀ ਨਹੀਂ ਸਕਦਾ ਈਵਨ ਤੁਸੀਂ ਦੇਖ ਲਓ ਵੀ ਹੁਣ ਜਿੱਦਾਂ ਸਾਡੀ ਜਿਹੜੀ ਸ਼ੋਪ ਆ ਉਹ ਇੱਕ ਹਿਸਾਬ ਨਾਲ ਇੱਥੇ ਫਲੀਟ ਪ੍ਰਾਈਡ ਸਟੋਰ ਹੁੰਦੇ ਨੇ ਉਹਦੇ ਬੇਸ 'ਤੇ ਆ ਜਿੱਦਾਂ ਤੁਹਾਨੂੰ ਸਾਡੇ ਕੋਲੋਂ ਗਰੀਸ ਤੋਂ ਲੈ ਕੇ ਬੋਡੀ ਪਾਰਟ ਤੱਕ ਹਰ ਇੱਕ ਚੀਜ਼ ਮਿਲੇਗੀ ਈਵਨ ਹੁਣ ਦੇਖੋ ਤੁਸੀਂ ਕਿਸੇ ਡੀਲਰਸ਼ਿਪ 'ਤੇ ਜਾਂਦੇ ਨਾ ਇੱਕ ਫਰੇਡਲਾਈਨਰ ਦੀ ਡੀਲਰਸ਼ਿਪ ਆ ਉਹ ਵੀ ਫਰੇਡਲਾਈਨਰ ਦੇ 100% ਪਾਰਟ ਕੈਰੀ ਨਹੀਂ ਕਰਦੀ ਉਹਨਾਂ ਦੇ ਕੋਲੋਂ ਵੀ ਕਈ ਬੈਕ ਆਰਡਰ ਹੁੰਦੇ ਨੇ ਕਈ ਉਹ ਕਹਿੰਦੇ ਨੇ ਜੀ ਪੈਸੇ ਪੇ ਕਰ ਦਿਉ ਤੁਹਾਨੂੰ ਮੰਗਾ ਕੇ ਦੇਵਾਂਗੇ ਸੇਮ ਥਿੰਗ ਵਿਦ ਵੋਲਵੋ ਆ ਕੈਨਵਰਥ ਆ ਸਾਰੀਆਂ ਡੀਲਰਸ਼ਿਪਾਂ ਆ ਅਤੇ ਅਸੀਂ ਤਾਂ ਜਿਹੜੇ ਆ ਸਾਡਾ ਤਾਂ ਹੁਣ ਹਾਲੇ ਸਟਾਰਟਿੰਗ ਆ 1 ਸਾਲ ਤੋਂ ਅਸੀਂ ਕਰ ਰਹੇ ਹਾਂ ਪਰ ਅਸੀਂ ਫਿਰ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੇ ਮੇਜਰ ਪਾਰਟ ਆ ਜਿਹਦੇ ਨਾਲ ਟਰੱਕ ਮਤਲਬ ਰੋਡ 'ਤੇ ਆ ਚੱਲੇ ਰਾਈਟ ਜਿੱਦਾਂ ਇੱਕ ਤੁਹਾਨੂੰ ਦੱਸਾਂ ਵੀ ਇੱਕ ਚੀਜ਼ ਆ ਉਹਨੂੰ ਤੁਸੀਂ ਅਗਲੇ ਹਫ਼ਤੇ ਵੀ ਕਰ ਸਕਦੇ ਹਾਂ ਅਤੇ ਜਾਂ ਤੁਸੀਂ ਗੇੜਾ ਲਾ ਕੇ ਆਣ ਕੇ ਵੀ ਤੁਸੀਂ ਉਹਨੂੰ ਬਣਵਾ ਸਕਦੇ ਤੁਹਾਡਾ ਕੰਮ ਚੱਲਦਾ ਇੱਕ ਚੀਜ਼ ਆ ਇਹੋ ਜਿਹੀ ਆ ਜਿਹੜੀ ਤੁਹਾਨੂੰ ਅੱਜ ਹੀ ਕਰਾਓਗੇ ਤਾਂ ਤੁਹਾਡਾ ਟਰੱਕ ਚੱਲੇਗਾ ਉਹ ਫਿਰ ਕੋਸ਼ਿਸ਼ ਕਰੀਦੀ ਆ ਵੀ ਉੱਦਾਂ ਦੇ ਬੇਸਿਕ ਜਿਹੜੇ ਪਾਰਟ ਆ ਨਾ ਉਹ ਅਸੀਂ ਹਰ ਇੱਕ ਟਰੱਕ ਦੇ ਜਿਹੜੇ ਮੇਜਰ 3-4 ਬ੍ਰਾਂਡ ਨੇ ਉਹਨਾਂ ਦੇ ਅਸੀਂ ਆਪਣੇ ਸਟੋਰ ਦੇ ਵਿੱਚ ਅਵੇਲੇਬਲ ਰੱਖੀਏ ਵੀ ਕਸਟਮਰ ਨੂੰ ਮਤਲਬ ਜਿੱਦਾਂ ਕੋਈ ਦਿੱਕਤ ਨਾ ਆਵੇ ਅਮਨਦੀਪ ਸਿੰਘ ਜੀ ਇੱਕ ਕਹਿੰਦੇ ਨੇ ਕਿ ਅੱਜ ਭਰਾ ਭਰਾ ਵੀ ਇਕੱਠੇ ਨਹੀਂ ਕੰਮ ਕਰ ਪਾ ਰਹੇ ਪਰ ਅੱਜ ਤੁਸੀਂ ਐਜ਼ ਏ ਭੁੱਲਰ ਸਾਹਿਬ ਨਾਲ ਬੜੇ ਵਧੀਆ ਤਰੀਕੇ ਨਾਲ ਅੱਜ ਸਟੋਰ ਚਲਾ ਰਹੇ ਹੈਗੇ ਹੋ ਕਿਸ ਤਰ੍ਹਾਂ ਮੁਲਾਕਾਤ ਹੋਈ ਭੁੱਲਰ ਸਾਹਿਬ ਨਾਲ ਅਸੀਂ ਤਾਂ ਪਹਿਲਾਂ ਫਰੈਂਡ ਸੀਗੇ ਦੋਵੇਂ ਅਤੇ ਪਹਿਲਾਂ ਇਕੱਠੇ ਅਸੀਂ ਟਰੱਕ ਚਲਾਉਂਦੇ ਇੱਕੋ ਕੰਪਨੀ 'ਚ ਜੀ ਅਤੇ ਫਿਰ ਮੈਂ ਰੀਫਰ ਮਕੈਨਿਕ ਦਾ ਸ਼ੁਰੂ ਕਰ ਲਿਆ ਮਨਪ੍ਰੀਤ ਟਰੱਕ ਚਲਾਉਣ ਲੱਗ ਗਿਆ ਅਤੇ ਬਾਅਦ ਵਿੱਚ ਅਸੀਂ ਹੁਣ ਰਿਸ਼ਤੇਦਾਰ ਵੀ ਹਾਂ ਇਹ ਮੇਰੇ ਭਾਈਆ ਜੀ ਵੀ ਆ ਮਨਪ੍ਰੀਤ ਸਿੰਘ ਅਤੇ ਇਸ ਕਰਕੇ ਅਸੀਂ ਹੁਣ ਸਗੋਂ ਹੋਰ ਕਲੋਜ਼ ਹੋ ਗਏ ਹਾਂ ਅਤੇ ਇੱਕ ਸਾਡਾ ਸੁਭਾਅ ਵੀ ਦੋਵਾਂ ਦਾ ਮਿਲਦਾ ਅਤੇ ਲਾਸਟ ਈਅਰ ਅਸੀਂ ਸੋਚਿਆ ਸੀਗਾ ਵੀ ਕਰੀਏ ਅਤੇ ਉਹ ਇਹ ਵੀ ਨਹੀਂ ਵੀ ਡਿਲੇ ਹੋਇਆ ਉਹ ਜਦੋਂ ਅਸੀਂ ਗੱਲ ਕੀਤੀ ਉਹ ਮੇਰੇ ਖਿਆਲ ਮਹੀਨੇ ਖੰਡ 'ਚ ਅਸੀਂ ਆ ਸ਼ੋਪ ਦਾ ਸ਼ੁਰੂ ਕਰ ਲਿਆ ਹਾਂਜੀ ਅਤੇ ਬਾਕੀ ਸਾਡਾ ਵਧੀਆ ਦੋਵਾਂ ਦਾ ਬਿਲਕੁਲ ਦੋਵਾਂ ਦਾ ਵਧੀਆ ਹੋਣਾ ਵੀ ਚਾਹੀਦਾ ਜਦੋਂ ਤੁਸੀਂ ਸਟੋਰ ਖੋਲਿਆ ਤਾਂ ਕੀ ਮਨ 'ਚ ਲਿਆਂਦਾ ਗਿਆ ਕਿ ਅਸੀਂ ਟਰੱਕਸ ਦੇ ਸਪੇਅਰ ਪਾਰਟਸ ਦੀ ਦੁਕਾਨ ਖੋਲੀਏ ਜਾਂ ਕੋਈ ਅਜਿਹਾ ਸਟੋਰ ਖੋਲੀਏ ਜੋ ਬਾਕੀਆਂ ਨਾਲੋਂ ਅਲੱਗ ਹੋਵੇ ਅਲੱਗ ਕਿਸ ਤਰ੍ਹਾਂ ਹੋਵੇ ਕਿਉਂਕਿ ਇਹੀ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਐਕਚੁਲੀ ਚਾਹੁੰਦੇ ਟਰੱਕਾਂ ਦਾ ਸੀਗਾ ਮੋਸਟਲੀ ਨਾ ਇੱਥੇ ਪੰਜਾਬੀ ਨੇ ਡਰਾਈਵਰ ਉਹਨਾਂ ਨੂੰ ਦੱਸਣਾ ਹੀ ਨਹੀਂ ਆਉਂਦਾ ਕਿ ਸਾਨੂੰ ਕਿਹੜਾ ਪਾਰਟ ਚਾਹੀਦਾ ਇੱਕ ਡੀਲਰ ਕੋਲ ਉਹਨਾਂ ਨੂੰ ਮਤਲਬ ਇਹ ਮੇਨ ਪ੍ਰੋਬਲਮ ਇਹੀ ਸੀਗੀ ਕਿ ਜਿਵੇਂ ਕੋਈ ਸਮਾਨ ਚਾਹੀਦਾ ਨਾ ਉਹ ਜਾਂਦੇ ਆ ਪਰ ਉਹ ਜਿੱਦਾਂ ਨਾ ਥੋੜ੍ਹਾ ਗਿਲਟੀ ਵੀ ਫੀਲ ਕਰਦੇ ਉਹਨਾਂ ਕਈਆਂ ਨੂੰ ਇੰਗਲਿਸ਼ ਨਹੀਂ ਆਉਂਦੀ ਉਹ ਚੀਜ਼ ਇੱਥੇ ਦੇ ਪੰਜਾਬੀ ਜਿਹੜੇ ਸਾਡੇ ਕੋਲ ਕਸਟਮਰ ਆਉਂਦੇ ਨਾ ਉਹ ਬਹੁਤ ਖੁਸ਼ ਹੁੰਦੇ ਵੀ ਯਾਰ ਸ਼ੁਕਰ ਆ ਕਿਤੇ ਪੰਜਾਬੀਆਂ ਨੇ ਸ਼ੌਪ ਖੋਲ੍ਹੀ ਆ ਅਤੇ ਸਾਨੂੰ ਸੌਖਾ ਹੋ ਗਿਆ ਦੱਸਣਾ ਅਤੇ ਇੱਕ ਉਹਨਾਂ ਨੂੰ ਤੁਸੀਂ 7 ਡੇਜ਼ ਓਪਨ ਹੈ ਜਦੋਂ ਮਰਜ਼ੀ ਕਾਲ ਕਰਕੇ ਸਮਾਨ ਲੈ ਲਓ
ਤੇ ਅਸੀਂ ਇਹੋ ਹੀ ਚਾਹੁੰਦੇ ਸੀਗੇ ਵੀ ਸਾਡੀ ਕਮਿਊਨਿਟੀ ਲਈ ਵੀ ਸੌਖਾ ਹੋਵੇ ਤੇ ਚਲੋ ਇਹ ਆ ਵੀ ਸਾਡਾ ਵੀ ਰੋਜ਼ਗਾਰ ਆ ਤੇ ਕਮਿਊਨਿਟੀ ਦੀ ਵੀ ਸੇਵਾ ਇੱਕ ਤਰ੍ਹਾਂ ਦੀ ਹੋਈ ਜਾਂਦੀ ਹੈ। ਪੁਲਿਸ ਸਰ ਜਿਵੇਂ ਇਹਨਾਂ ਨੇ ਕਿਹਾ ਕਿ ਇੱਕ ਲੈਂਗੁਏਜ ਬੈਰੀਅਰ ਹਮੇਸ਼ਾ ਆ ਜਾਂਦਾ ਟਰੱਕ ਡਰਾਈਵਰ ਸਾਡੇ ਜਿਹੜੇ ਭਰਾ ਹੈਗੇ ਨੇ ਕਿਉਂਕਿ ਪੰਜਾਬ ਤੋਂ ਜਦੋਂ ਇੱਥੇ ਆਉਂਦੇ ਨੇ ਤਾਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਉਹਨਾਂ ਦੇ ਸਾਹਮਣੇ ਦਰਪੇਸ਼ ਹੁੰਦੀਆਂ ਨੇ। ਟਰੱਕ ਕਿਸ ਤਰ੍ਹਾਂ ਦਾ ਲੈਣਾ, ਟਰੱਕ ਦੇ ਪਾਰਟਸ ਕਿਸ ਤਰ੍ਹਾਂ ਦੇ ਲੈਣੇ, ਜਿਵੇਂ ਇਹਨਾਂ ਨੇ ਕਿਹਾ ਕਿ ਕਈ ਅਜਿਹੇ ਪਾਰਟਸ ਹੁੰਦੇ ਨੇ ਜਿਹਨੂੰ ਤੁਸੀਂ ਸਮਝਾਉਣਾ ਬੜਾ ਔਖਾ ਹੋ ਜਾਂਦਾ ਕਈ ਵਾਰੀ ਕਿ ਕਿਹੜਾ ਟਰੱਕ ਦਾ ਪਾਰਟ ਖਰਾਬ ਹੈਗਾ। ਤੁਹਾਨੂੰ ਲੱਗਦਾ ਸੀ ਕਿ ਜਦੋਂ ਤੁਸੀਂ ਟਰੱਕਿੰਗ ਇੰਡਸਟਰੀ ਵਿੱਚ ਸੀਗੇ ਉਦੋਂ ਵੀ ਅਜਿਹੀਆਂ ਪ੍ਰੋਬਲਮਸ ਆਉਂਦੀਆਂ ਸੀ? ਹਾਂਜੀ ਭਾਜੀ, ਬਿਲਕੁਲ ਉਹੋ ਜਿਹੀਆਂ ਪ੍ਰੋਬਲਮਾਂ ਜਿਹੜੀਆਂ ਨਾ ਅਸੀਂ ਵੀ ਸਾਰੀਆਂ ਫੇਸ ਕੀਤੀਆਂ, ਤਾਂ ਹੀ ਤੇ ਅਸੀਂ ਇਹੀ ਕੰਮ ਇਸ ਕੰਮ 'ਚ ਪਏ ਹਾਂ ਵੀ ਇੱਕ ਤਾਂ ਪ੍ਰਾਈਜ਼ਿੰਗ ਅਤੇ ਦੂਜਾ ਜਿੱਦਾਂ ਕਹਿ ਲਓ ਵੀ ਪਾਰਟਸ ਅਵੇਲੇਬਿਲਿਟੀ ਅਤੇ ਪਲੱਸ ਜਿੱਦਾਂ ਕਮਿਊਨੀਕੇਸ਼ਨ ਪ੍ਰੋਬਲਮ ਵੀ ਤੁਸੀਂ ਕਿਸੇ ਨੂੰ ਦੱਸਣਾ ਆ ਵੀ ਮੈਨੂੰ ਆਹ ਚੀਜ਼ ਚਾਹੀਦੀ ਆ ਪਰ ਤੁਸੀਂ ਦੱਸ ਵੀ ਨਹੀਂ ਸਕਦੇ ਵੀ ਮੈਂ ਨਾ, ਅਤੇ ਉਸ ਕਰਕੇ ਫਿਰ 2018 ਦੇ ਵਿੱਚ ਅਸੀਂ ਸਲਾਹ ਬਣਾਈ ਸੀ ਅਤੇ ਨਾਲੇ ਤੁਹਾਨੂੰ ਅਸੀਂ ਤੁਹਾਡੇ ਟੀ ਵੀ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਦੱਸੀਏ ਸਾਰਿਆਂ ਨੂੰ ਪੰਜਾਬੀ ਕਿ ਅਸੀਂ ਪਹਿਲੇ ਨੌਰਥ ਅਮੈਰੀਕਾ 'ਚ ਪੰਜਾਬੀ ਹਾਂ ਜਿਨ੍ਹਾਂ ਦੀ ਜਸਟ ਸਪੇਅਰ ਪਾਰਟ ਦੀ ਦੁਕਾਨ ਹੈ। ਉਸ ਤਰ੍ਹਾਂ ਹਰ ਇੱਕ ਸ਼ਹਿਰ ਦੇ ਵਿੱਚ 10 15 20 30 ਪੰਜਾਬੀਆਂ ਦੀਆਂ ਰਿਪੇਅਰ ਸ਼ਾਪ ਦੀਆਂ ਦੁਕਾਨਾਂ ਨੇ ਅਤੇ ਸਾਡੇ ਕੋਲ ਜਿਹੜੀ ਆ ਸਾਡੇ ਕੋਲ ਸਿਰਫ ਅਸੀਂ ਸਪੇਅਰ ਪਾਰਟ ਦਾ ਜਿਹੜਾ ਇਕੱਲਾ ਸਪੇਅਰ ਪਾਰਟ ਦਾ ਕੰਮ ਹੈ ਉਹ ਅਸੀਂ ਪਹਿਲੇ ਪੰਜਾਬੀ ਹਾਂ। ਉਹ ਜਿੱਦਾਂ ਕਹਿ ਲਓ ਵੀ ਮਹਾਰਾਜ ਨੇ ਸਾਨੂੰ ਸਾਡੇ ਸਾਡੇ ਹਿੱਸੇ ਆਇਆ ਜੀ, ਸਾਡੇ ਲੇਖੇ ਲਾਏ ਅਸੀਂ। ਪੰਜਾਬੀਆਂ ਲਈ ਬੜੀ ਵਧੀਆ ਗੱਲ ਵੀ ਹੋਏਗੀ ਕਿਉਂਕਿ ਪੰਜਾਬੀ ਹੀ ਜੇਕਰ ਪੰਜਾਬੀ ਕੋਲ ਆਉਂਦਾ ਤਾਂ ਡੈਫੀਨੇਟਲੀ ਗੱਲ ਆ ਉਸਨੂੰ ਇੱਕ ਵਧੀਆ ਪ੍ਰਾਈਸ ਵੀ ਮਿਲ ਜਾਂਦੀ ਹੈ ਜਿਵੇਂ ਤੁਸੀਂ ਦੱਸਿਆ ਕਿ ਬੈਸਟ ਪ੍ਰਾਈਸ ਸ਼ੋਪ ਹੈਗਾ। ਹੁਣ ਤੁਹਾਡੇ ਗੱਲ ਕਰਦੇ ਹਾਂ ਸਟੋਰ ਦੀ, ਇੱਥੇ ਸਟੋਰ ਵਿੱਚ ਕਿਹੜਾ ਕਿਹੜਾ ਸਮਾਨ ਉਪਲਬਧ ਹੈਗਾ ਜੋ ਤੁਹਾਨੂੰ ਲੱਗਦਾ ਕਿ ਕਿਸੇ ਹੋਰ ਸਟੋਰ ਵਿੱਚ ਮਿਲ ਹੀ ਨਹੀਂ ਸਕਦਾ? ਨਹੀਂ, ਇਸ ਤਰ੍ਹਾਂ ਤਾਂ ਨਹੀਂ ਆਪਾਂ ਕੁਛ ਕਹਿ ਸਕਦੇ ਅਤੇ ਮਤਲਬ ਵੀ ਜਿਹੜਾ ਨਹੀਂ ਕਿਤੇ ਮਿਲ ਸਕਦਾ, ਅਸੀਂ ਤਾਂ ਕੋਸ਼ਿਸ਼ ਇਹ ਕਰਦੇ ਹਾਂ ਵੀ ਜਿਹੜਾ ਹਰ ਕਿਤੇ ਮਿਲਦਾ ਆ ਨਾ ਉਹ ਸਾਡੇ ਕੋਲੋਂ ਵੀ ਮਿਲੇ। ਸਾਡੀ ਇਹ ਕੋਸ਼ਿਸ਼ ਆ ਵੀ ਜਿਹੜਾ ਵੀ ਪਾਰਟ ਇੱਕ ਵਧੀਆ ਪ੍ਰਾਈਸ ਵਿੱਚ। ਹਾਂਜੀ 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 ਬਿਲਕੁਲ ਬਿਲਕੁਲ ਵਧੀਆ ਪ੍ਰਾਈਸ ਵਿੱਚ ਅਤੇ ਉਹ ਹੀ ਪਾਰਟ ਦੇ ਵਿੱਚ, ਯਾਨੀ ਕਿ ਓਰੀਜਨਲ ਦੇ ਵਿੱਚ। ਇਹ ਨਹੀਂ ਗਾ ਵੀ ਮਤਲਬ ਆਪਾਂ ਹੁਣ ਜਿੱਦਾਂ ਕਈ ਲੋਕ ਕਈ ਕਸਟਮਰ ਆਉਂਦੇ ਨੇ ਉਹ ਵਿਚਾਰੇ ਜੀ ਪ੍ਰਾਈਜ਼ ਜੀ ਔਨਲਾਈਨ ਆਹ ਚੀਜ਼ ਇੰਨੇ ਦੀ ਆ ਜੀ, ਫਿਰ ਉਹਨਾਂ ਨੂੰ ਕਹੀਦਾ ਵੀ ਨਹੀਂ ਜਿਹੜੀ ਔਨਲਾਈਨ ਚੀਜ਼ ਹੈ ਨਾ ਔਨਲਾਈਨ 'ਤੇ ਕੋਈ ਕੁਛ ਵੀ ਵੇਚ ਦੂਗਾ, ਤੁਸੀਂ ਖਰੀਦ ਕੇ ਲੈ ਗਏ ਉਹ ਚੀਜ਼ ਖਰਾਬ ਹੋ ਗਈ, ਤੁਸੀਂ ਕਿੱਧਰ ਜਾਓਗੇ? ਰਾਈਟ, ਇੱਥੇ ਤਾਂ ਹੁਣ ਅਸੀਂ ਬੈਠੇ ਹਾਂ, ਚੀਜ਼ ਲੈ ਕੇ ਜਾਓ ਖਰਾਬ ਹੁੰਦੀ ਆ ਅਸੀਂ ਜ਼ਿੰਮੇਵਾਰ ਹਾਂ। ਅਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਇੱਕ ਡੇਢ ਸਾਲ ਦੇ ਵਿੱਚ ਅਸੀਂ ਕੋਸ਼ਿਸ਼ ਇਹੀ ਆ ਵੀ ਜਿੰਨਾ ਵੀ ਸਮਾਨ ਵੇਚਣਾ ਉਹ ਵਧੀਆ ਵਧੀਆ ਵੇਚਣਾ ਅਤੇ ਵਧੀਆ ਪ੍ਰਾਈਸ 'ਤੇ ਵੇਚਣਾ। ਭੁੱਲਰ ਸਾਹਿਬ, ਤੁਹਾਡੇ ਤੋਂ ਇਹ ਵੀ ਜ਼ਰੂਰ ਜਾਣਨਾ ਚਾਹਾਂਗੇ ਕਿਉਂਕਿ ਅੱਜ ਕੱਲ੍ਹ ਜਿਹੜਾ ਟ੍ਰੈਂਡ ਹੈ ਉਹ ਔਨਲਾਈਨ ਦਾ ਟ੍ਰੈਂਡ ਹੈ, ਔਨਲਾਈਨ ਪ੍ਰੋਡਕਟਸ ਹਰ ਕੋਈ ਲੈਣਾ ਚਾਹੁੰਦਾ ਔਰ ਉਹਨਾਂ ਨੂੰ ਲੱਗਦਾ ਕਿ ਮੈਂ ਘਰ ਬੈਠ ਕੇ ਸਾਰੇ ਪ੍ਰੋਡਕਟਸ ਦੇਖ ਸਕਦਾ ਔਰ ਅਲੱਗ ਅਲੱਗ ਕੰਪਨੀਆਂ ਦੀ ਵੀ ਗੱਲ ਕਰ ਸਕਦਾ, ਅਤੇ ਤੁਹਾਨੂੰ ਲੱਗਦਾ ਕਿ ਔਨਲਾਈਨ ਲੋਕਾਂ ਨੂੰ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ? ਭਾਜੀ, ਕੁਛ ਇੱਕ ਪਾਰਟ ਤੁਸੀਂ ਔਨਲਾਈਨ 'ਤੇ ਲੈ ਸਕਦੇ ਹਾਂ ਪਰ ਔਨਲਾਈਨ ਤੁਸੀਂ ਇੱਕ ਪਾਰਟ ਫੋਟੋ ਦੇਖ ਕੇ ਬਾਏ ਕਰ ਰਹੇ ਹਾਂ, ਇੱਕ ਤੁਸੀਂ ਐਕਚੁਅਲ ਦੇ ਵਿੱਚ ਪਾਰਟ ਨੂੰ ਫਿਜ਼ੀਕਲੀ ਦੇਖ ਕੇ ਬਾਏ ਕਰ ਰਹੇ ਹਾਂ। ਰਾਈਟ, ਹੁਣ ਟਰੈਕਿੰਗ ਇਹੋ ਜਿਹੀ ਇੰਡਸਟਰੀ ਆ, ਕਾਰਾਂ ਦਾ ਹੋਇਆ ਕੋਈ ਆਪਾਂ ਖਿਡੌਣੇ ਹੋਏ ਉਹ ਆਪਾਂ ਔਨਲਾਈਨ ਬਾਏ ਕਰ ਸਕਦੇ ਹਾਂ, ਕੋਈ ਫਰਨੀਚਰ ਹੋਇਆ ਔਨਲਾਈਨ ਬਾਏ ਕਰ ਸਕਦੇ ਹਾਂ। ਰਾਈਟ, ਟਰੱਕ ਦਾ ਸਮਾਨ ਜਿਹੜਾ ਆਪਾਂ ਔਨਲਾਈਨ ਬਾਏ ਕਰਕੇ ਅਤੇ ਆਪਾਂ ਟਰੱਕ ਕਿੱਦਾਂ ਚਲਾ ਲਾਂਗੇ? ਰਾਈਟ, ਉੱਧਰੋਂ ਆਪਾਂ ਨੇ ਟਰੱਕ ਤੋਰਨਾ, ਔਨਲਾਈਨ ਵਾਲੀ ਚੀਜ਼ ਤੁਹਾਡੇ ਅੱਧੇ ਰਸਤੇ 'ਚ ਜਾ ਕੇ ਖਰਾਬ ਹੋ ਗਈ, ਫਿਰ ਤੁਸੀਂ ਕਿੱਥੇ ਔਨਲਾਈਨ ਭੇਜੋਗੇ? ਹੁਣ ਜਿੱਦਾਂ ਅਸੀਂ ਸਮਾਨ ਜਿਹੜਾ ਵੇਚਦੇ ਹਾਂ ਸਾਡੇ ਮੰਨ ਲਓ ਲਾਈਕ ਬੈਟਰੀਆਂ ਨੇ ਜਾਂ ਸਾਡੇ ਜਿਹੜੇ ਡੈਲਕੋ ਦੇ ਪਾਰਟਸ ਨੇ ਜਾਂ ਜਿਹੜੇ ਬ੍ਰਾਂਡਡ ਪਾਰਟਸ ਨੇ ਨਾ, ਉਹ ਨੈਸ਼ਨਲ ਵਾਈਡ ਉਹਨਾਂ ਦੀ ਵਾਰੰਟੀ ਹੈ। ਤੁਸੀਂ ਸਾਡੇ ਕੋਲੋਂ ਪਾਰਟ ਲਿਆ ਆ, ਰੇਡੀਏਟਰ ਤੁਸੀਂ ਸਾਡੇ ਕੋਲੋਂ ਲਿਆ ਆ, ਰੇਡੀਏਟਰ ਯੂਨਾਈਟਿਡ ਸਟੇਟ 'ਚ ਕਿਤੇ ਵੀ ਲੀਕ ਹੋ ਜਾਂਦਾ ਆ ਅਸੀਂ ਉੱਥੇ ਵਾਰੰਟੀ 'ਚ ਕਵਰ ਕਰਕੇ ਦਿੰਦੇ ਹਾਂ, ਹੈ ਨਾ। ਅਤੇ ਔਨਲਾਈਨ ਵਾਲੀ ਚੀਜ਼ ਥੋੜ੍ਹਾ ਰੋਡ ਸਾਈਡ ਵਾਰੰਟੀ ਵੀ ਹੋ ਜਾਂਦੀ ਉਹਦੀ? ਹਾਂਜੀ, ਨਹੀਂ ਰੋਡ ਸਾਈਡ ਨਹੀਂ, ਜਿੱਦਾਂ ਕਹਿ ਲਓ ਹਾਂਜੀ ਤੁਸੀਂ ਕਹਿ ਸਕਦੇ ਹਾਂ ਰੋਡ ਸਾਈਡ ਵੀ ਹੋ ਜਾਂਦੀ ਹੈ ਜੀ। ਔਰ ਕਿਸ ਕਿਸ ਤਰ੍ਹਾਂ ਦੀਆਂ ਬ੍ਰਾਂਡਸ ਇਸ ਸਮੇਂ ਤੁਹਾਡੇ ਕੋਲ ਅਵੇਲੇਬਲ ਨੇ? ਬੈਸਟ ਪ੍ਰਾਈਸ ਅਗਰ ਸਟੋਰ ਵਿੱਚ ਕੋਈ ਬ੍ਰਾਂਡ ਮਿਲ ਰਹੀ ਹੈ ਤਾਂ ਕਿਹੜੇ ਕਿਹੜੇ ਤੁਹਾਨੂੰ ਲੱਗਦਾ ਕਿ ਪਾਰਟਸ ਦੀ ਬ੍ਰਾਂਡ ਜਿਹੜੀ ਅਵੇਲੇਬਿਲਿਟੀ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ? ਭਾਜੀ, ਤਕਰੀਬਨ ਜਿਹੜੇ ਨਾ ਜਿਹੜੇ ਅਤੇ ਮਕੈਨੀਕਲ ਪਾਰਟਸ ਨੇ ਜਿੰਨੇ ਕੁ ਵੀ ਨੇ, ਜਿੱਦਾਂ ਸਟਾਰਟਰ ਨੇ, ਸ਼ੌਕਸ ਨੇ, ਉਸ ਮੋਨਰੋ ਦੇ ਸ਼ੌਕਸ ਨੇ, ਡੈਲਕੋ ਦੇ ਸਟਾਰਟਰ ਨੇ, ਬੈਰਿੰਗ ਨੇ ਸਾਡੇ ਕੋਲ, ਟਿਮਕਨਨ ਦੇ ਬੈਰਿੰਗ ਨੇ, ਰਾਈਟ। ਹੋਰ ਉਸ ਤੋਂ ਬਿਨਾਂ ਤੇਲ ਆ ਸਾਡੇ ਕੋਲ, ਡੈਲੋ ਦਾ ਤੇਲ ਆ, ਮੋਬਲ ਡੈਲਵੇ ਕੇ ਅਸੀਂ ਵੇਚਦੇ ਹਾਂ। ਅਤੇ ਜਿਹੜੇ ਬਾਕੀ ਇਹ ਜਿਹੜੇ ਮੇਨ ਜਿਹੜੀਆਂ ਹੁੰਦੀਆਂ ਬ੍ਰੇਕ ਚੈਂਬਰ ਆ, ਬ੍ਰੇਕ ਚੈਂਬਰ ਅਸੀਂ ਓਰੀਜਨਲ ਬੈਂਡਿਕਸ ਦੇ ਵੇਚਦੇ ਹਾਂ। ਏਅਰ ਸਪਰਿੰਗ ਜਿਹੜੇ ਆ ਜਿਹਨਾਂ ਨੂੰ ਏਅਰ ਬੈਗ ਵੀ ਆਪਾਂ ਕਹਿ ਲੈਂਦੇ ਹਾਂ, ਏਅਰ ਬੈਗ ਅਸੀਂ ਕੰਟੀਨੈਂਟਲ ਦੇ ਵੇਚਦੇ ਹਾਂ, ਚਾਈਨੀਜ਼ ਵੀ ਹੈਗੇ ਸਾਡੇ ਕੋਲ, ਆਫਟਰ ਮਾਰਕੀਟ ਵਾਲੇ ਵੀ ਹੈਗੇ, ਸਸਤੇ ਵੀ ਹੈਗੇ। ਹੁਣ ਕਈ ਬੰਦੇ ਪ੍ਰੈਫਰ ਕਰਦੇ ਅਸੀਂ ਸਸਤਾ ਲੈਣਾ, ਉਹਨਾਂ ਨੂੰ ਕਹੀਦਾ ਵੀ ਆ ਸਸਤਾ ਲੈ ਜਾਓ, ਪਰ ਜੇ ਤੁਸੀਂ ਬ੍ਰਾਂਡਡ ਲੈਣਾ ਵਾ ਤਾਂ ਉਹ ਗੁੱਡਜੀਅਰ ਦੇ ਵੀ ਹੈਗੇ ਆ, ਕੰਟੀਨੈਂਟਲ ਦੇ ਵੀ ਹੈਗੇ ਆ, ਫਾਇਰ ਸਟੋਨ ਦੇ ਵੀ ਹੈਗੇ ਆ। ਹਾਂਜੀ, ਇਸ ਤਰ੍ਹਾਂ ਜੀ। ਪਰ ਜੇਕਰ ਦੇਖਿਆ ਜਾਏ ਤਾਂ ਕਿੱਥੋਂ ਕਿੱਥੋਂ ਪਾਰਟਸ ਦੀ ਅਵੇਲੇਬਿਲਿਟੀ ਤੁਹਾਡੇ ਕੋਲ
ਕਿਉਂਕਿ ਇੱਥੇ ਜਿਹੜਾ ਟਰੱਕ ਆ ਫਰੇਡ ਲੈਨੇ ਟਰੱਕ ਆ ਮੰਨ ਲਓ ਮੈਕਸੀਕੋ ਬਣਦਾ ਆ ਰਾਈਟ, ਉਹਦੇ ਪਾਰਟ ਮੈਕਸੀਕੋ ਤੋਂ ਆਉਂਦੇ ਨੇ, ਜ਼ਿਆਦਾ ਚਾਈਨਾ ਤੋਂ ਆਉਂਦੇ ਨੇ, ਇੰਡੀਆ ਤੋਂ ਆਉਂਦੇ ਨੇ, ਲਾਈਟਾਂ ਵਗੈਰਾ ਜਿਹੜੀਆਂ ਉਹ ਸਾਰੀਆਂ ਤਾਈਵਾਨ ਤੋਂ ਆਉਂਦੀਆਂ ਨੇ ਜ਼ਿਆਦਾਤਰ। ਹੁਣ ਅੱਜ ਕੱਲ੍ਹ ਜਿਹੜਾ ਬੁਸ਼ਿੰਗ ਦਾ ਸਮਾਨ ਹੈ, ਏਅਰ ਸਪਰਿੰਗ ਵਗੈਰਾ ਨੇ ਜਿਹੜੇ, ਉਹ ਸਾਰੇ ਟਰਕੀ ਤੋਂ ਆ ਰਹੇ ਨੇ, ਅਤੇ ਇੰਡੀਆ ਤੋਂ ਵੀ ਕਾਫ਼ੀ ਜਿਹੜਾ ਤਰ੍ਹਾਂ ਆਪਾਂ ਕਹਿ ਦੇ ਨਹੀਂ ਦਿੰਦੇ, ਇੰਡੀਆ ਦੇ ਵਿੱਚ ਦੇਗ ਦਾ ਸਮਾਨ, ਆਪਣੇ ਇੰਡੀਆ ਦੀ ਦੇਗ ਬੜੀ ਮਸ਼ਹੂਰ ਆ, ਅਤੇ ਇੰਡੀਆ ਤੋਂ ਦੇਗ ਦਾ ਦੇਗੀ ਸਮਾਨ ਜਿਹੜਾ ਆ, ਦੇਗੀ ਲੋਹਾ ਜਿਹੜਾ ਆ, ਉਹ ਆਪਣਾ ਜ਼ਿਆਦਾ ਇੰਡੀਆ ਤੋਂ ਆ ਰਿਹਾ। ਹਾਂਜੀ, ਚਾਈਨਾ ਤੋਂ ਵੀ ਸਮਾਨ ਆ ਰਿਹਾ? ਹਾਂਜੀ, ਚਾਈਨਾ ਤੋਂ ਵੀ ਆ ਰਿਹਾ ਭਾਜੀ। ਹਾਂਜੀ, ਬੋਡੀ ਪਾਰਟਸ ਜਿਹੜੇ ਨੇ ਉਹ ਚਾਈਨਾ ਤੋਂ ਵੀ ਆ ਰਹੇ ਨੇ। ਹਾਂਜੀ, ਪਰ ਲੇਕਿਨ ਲੋਕਾਂ ਦਾ ਇਹ ਹਮੇਸ਼ਾ ਤਰਕ ਰਹਿੰਦਾ ਕਿ ਜਿਹੜਾ ਚਾਈਨਾ ਦਾ ਸਮਾਨ ਹੈ ਘਟਿਆ ਹੀ ਸਮਾਨ ਹੋਏਗਾ, ਇਸ ਵਿੱਚ ਕਿੰਨੀ ਸੱਚਾਈ ਹੈ, ਤੁਸੀਂ ਕਿਵੇਂ ਦੱਸੋਗੇ? ਮੈਂ ਤੇ ਹਾਸੇ ਨਾਲ ਕਹਿਣਾ ਹੁੰਦਾ ਕਈ ਵਾਰੀ ਵੀ ਜੇ ਤੁਹਾਨੂੰ ਚਾਈਨਾ ਦੇ ਸਮਾਨ ਤੋਂ ਇੰਨੀ ਨਫ਼ਰਤ ਆ ਤਾਂ ਸਭ ਤੋਂ ਪਹਿਲਾਂ ਆਪਣਾ ਸੈੱਲਫੋਨ ਕੱਢ ਕੇ ਸੁੱਟੋ। ਸੈੱਲਫੋਨ ਵੀ ਤਾਂ ਸਾਡੇ ਭਾਵੇਂ ਵਧੀਆ ਬ੍ਰਾਂਡ ਦੇ, ਅਸੀਂ $1500 ਦਾ ਲਿਆ, ਉਹ ਵੀ ਤਾਂ ਮੇਡ ਇਨ ਚਾਈਨਾ ਹੀ ਆ। ਚਾਈਨਾ ਦੇ ਮਗਰ ਨਾ ਜਾਓ, ਚਾਈਨਾ ਦੀਆਂ ਚੀਜ਼ਾਂ ਦੀ ਕੁਆਲਿਟੀ ਦੇਖੋ। ਚਾਈਨਾ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਪ੍ਰੋਡਕਸ਼ਨ ਹੁੰਦੀ ਹੈ ਨੇ, ਜ਼ੀਰੋ ਗ੍ਰੇਡ ਮਾੜੀ ਗ੍ਰੇਡ ਦਾ ਸਮਾਨ ਹੁੰਦਾ ਹੈ, ਚੰਗਾ ਸਮਾਨ। ਇਹ ਡਿਪੈਂਡ ਕਰਦਾ ਤੁਸੀਂ ਬਾਏ ਕਿੱਦਾਂ ਦਾ ਸਮਾਨ ਕਰਨਾ ਚਾਹੁੰਦੇ ਅਤੇ ਕਿੱਦਾਂ ਦੇ ਪੈਸੇ ਖਰਚਣਾ ਚਾਹੁੰਦੇ ਆ। ਜਿੱਦਾਂ ਦੇ ਤੁਸੀਂ ਪੈਸੇ ਖਰਚੋਗੇ ਉੱਦਾਂ ਦਾ ਤੁਹਾਨੂੰ ਸਮਾਨ ਮਿਲੇਗਾ, ਵਧੀਆ ਕੁਆਲਿਟੀ ਦਾ ਅਤੇ ਵਧੀਆ ਮਿਲੇਗਾ। ਜੇ ਤੁਸੀਂ ਹੁਣ ਬਿਲਕੁਲ ਕਹੋਗੇ ਵੀ ਨਹੀਂ ਅਸੀਂ ਸਸਤਾ ਲੈਣਾ, ਉਹ ਤੁਹਾਨੂੰ ਸਸਤਾ ਵੀ ਦੇ ਦੇਣਗੇ, ਪਰ ਉਹ ਫਿਰ ਸਸਤੇ ਵਾਲੇ ਨੇ ਫਿਰ ਚੱਲਣਾ ਵੀ, ਤੁਹਾਨੂੰ ਪਤਾ ਹੀ ਆ ਉਨਾ ਕੁ ਚਿਰ ਆ, ਅਤੇ ਫਿਰ ਆਪਾਂ ਚਾਈਨਾ ਨੂੰ ਬਲੇਮ ਨਹੀਂ ਨਾ ਦੇ ਸਕਦੇ ਵੀ ਚਾਈਨਾ ਦੇ ਚਾਈਨਾ ਦਾ ਮਾੜਾ ਆ। ਜਿੱਦਾਂ ਯਾਨੀ ਕਿ ਇਹ ਸਮਝਿਆ ਜਾਏ ਕਿ ਭੁੱਲਰ ਸਾਹਿਬ ਤਰਜੀਹ ਦੇ ਰਹੇ ਨੇ ਕਿ ਚਾਈਨੀਜ਼ ਮਾਲ ਹੈ ਲੇਕਿਨ ਉਹ ਵਧੀਆ ਹੈਗਾ, ਇਸ ਕਰਕੇ ਲਓ। ਹਾਂਜੀ ਹਾਂਜੀ, ਜਿਹੜਾ ਵੀ ਸਮਾਨ ਆ ਨਾ, ਦੇਖੋ ਭਾਜੀ ਕੋਈ ਵੀ ਸਮਾਨ ਆ, ਹੁਣ ਕਈ ਬ੍ਰਾਂਡ ਇਹੋ ਜਿਹੇ ਨੇ ਜਿਹਨਾਂ ਦੀਆਂ ਫੈਕਟਰੀਆਂ ਆ, ਫੈਕਟਰੀਆਂ ਕਿਸੇ ਦੀ ਚਾਈਨਾ 'ਚ ਲੱਗੀ ਆ, ਕਿਸੇ ਦੀ ਇੰਡੀਆ ਲੱਗੀ ਆ, ਸਾਰੀ ਦੁਨੀਆਂ ਦੇ ਵਿੱਚ ਇਹ ਇਹ ਫੈਕਟਰੀਆਂ ਆ, ਮਤਲਬ ਉਹ ਉੱਥੋਂ ਸਮਾਨ ਪ੍ਰੋਡਕਸ਼ਨ ਕਰਦੇ ਆ, ਉਹ ਫਿਰ ਹੁਣ ਜਿਹੜੀ ਕੰਟਰੀ ਤੋਂ ਸਮਾਨ ਬਣਿਆ ਤੁਹਾਨੂੰ ਪਤਾ ਹੀ ਆ, ਫਿਰ ਉਸੇ ਹੀ ਕੰਟਰੀ ਦਾ ਉਹਨਾਂ ਨੇ ਉਹ ਥੱਲੇ ਲਿਖਣਾ ਆ, ਜਾਂ ਮੇਡ ਇਨ USA ਆ, ਜਾਂ ਚਾਈਨਾ ਆ, ਜਾਂ ਜੋ ਵੀ ਆ। ਅਮੂਮਨ ਅਸੀਂ ਦੇਖਦੇ ਹਾਂ ਜਦੋਂ ਪੰਜਾਬੀ ਭਰਾ ਕੰਮ ਕਰਦੇ ਨੇ, ਟਰੱਕ ਡਰਾਈਵਰ ਦੇ ਤੌਰ 'ਤੇ ਕੰਮ ਕਰਦੇ ਨੇ ਅਮਨਦੀਪ ਜੀ, ਕਈ ਵਾਰੀ ਅਸੀਂ ਦੇਖਦੇ ਹਾਂ ਕਿ ਟਰੱਕਾਂ ਨੂੰ ਸਜਾਉਣ ਵੱਲ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਕਿ ਟਰੱਕਾਂ ਨੂੰ ਅਸੀਂ ਸਜਾਉਣਾ ਵੀ ਹੈ, ਦੁਲਹਨ ਵਾਂਗ ਸਜਾਉਣਾ ਹੈ। ਅਸੀਂ ਪਾਕਿਸਤਾਨ ਵੱਲ ਚਲੇ ਜਾਈਏ, ਤੁਸੀਂ ਦੇਖਿਆ ਹੋਣਗੇ ਪਾਕਿਸਤਾਨ ਦੇ ਟਰੱਕ ਤਾਂ ਫੇਮਸ ਨੇ ਆਪਣੇ ਆਪ 'ਚ ਬਹੁਤ ਜ਼ਿਆਦਾ ਸਜਾਉਣ ਦੇ ਲਈ, ਔਰ ਅਗਰ ਪੰਜਾਬੀਆਂ ਦੇ ਟਰੱਕ ਦੇਖੀਏ ਤਾਂ ਕੀ ਇੱਥੇ ਵੀ ਸ਼ੌਂਕ ਪਾਲਿਆ ਹੋਇਆ ਪੰਜਾਬੀਆਂ ਨੇ? ਬਹੁਤ ਜੀ ਬਹੁਤ, ਇੱਥੇ ਤਾਂ ਕਈ ਤਾਂ ਮਤਲਬ ਤੁਸੀਂ ਕਰੋਮ ਇੰਨਾ ਲੱਗਾ ਹੋਇਆ ਟਰੱਕ 'ਚ ਕਿ ਮਤਲਬ ਬਹੁਤ ਹੀ ਜ਼ਿਆਦਾ ਬਹੁਤ ਲਾਈਕ ਕਰਦੇ ਆ, ਪਰ ਆ ਹੁਣ ਥੋੜ੍ਹਾ ਜਿਹਾ ਸਲੋ ਕਰਕੇ ਮਤਲਬ ਉਹਦਾ ਕਰੋਮ ਇੰਨਾ ਨਹੀਂ ਸੇਲ ਹੋ ਰਿਹਾ, ਪਰ ਫਿਰ ਵੀ ਅਸੀਂ ਹੁਣ ਇੰਡੀਆ ਤੋਂ ਜਿਹੜਾ ਟਰੱਕਾਂ ਦਾ ਸਜਾਵਟ ਦਾ ਸਮਾਨ ਆ ਉਹ ਆਊਗਾ, ਹੁਣ ਆ ਕਰੋਨਾ ਕਰਕੇ ਥੋੜ੍ਹਾ ਸਲੋ ਆ, ਪਰ ਇੱਥੇ ਉਹਦਾ ਕਾਫ਼ੀ ਭਾਜੀ ਕਰੇਜ਼ ਆ। ਕਰੋਨਾ ਤੁਸੀਂ ਗੱਲ ਕੀਤੀ ਹੈ, ਕਰੋਨਾ ਵਿੱਚ ਵੀ ਕਿਉਂਕਿ ਟਰੱਕ ਤਾਂ ਚੱਲ ਹੀ ਰਹੇ ਨੇ, ਕਰੋਨਾ ਕਰਕੇ ਕਈ ਸਟੋਰਸ ਵੀ ਕੁਛ ਬੰਦ ਨੇ ਕੁਛ ਖੁੱਲ੍ਹੇ ਨੇ, ਕੁਛ ਡਰਦੇ ਮਾਰੇ ਬੰਦ ਨੇ ਕਿਤੇ ਇਨਫੈਕਸ਼ਨ ਆ ਸਾਡੇ ਸਟੋਰ ਵਿੱਚ ਆ ਜਾਏ ਜਾਂ ਸਾਡੇ ਜਿਹੜੇ ਇੱਥੇ ਇੰਪਲੋਈ ਹੈ ਉਹ ਇਫੈਕਟਿਡ ਨਾ ਹੋ ਜਾਣ, ਅਤੇ ਕਿੰਨਾ ਕੁ ਕੰਮ ਦਾ ਫਰਕ ਪਿਆ ਕਰੋਨਾ ਕਰਕੇ? ਕੰਮ ਥੋੜ੍ਹਾ ਸਲੋ ਤਾਂ ਹੋਇਆ, ਪਰ ਇਹ ਸਾਡਾ ਬਿਜ਼ਨਸ ਇੱਦਾਂ ਦਾ ਇਹ ਐਵਰੀਡੇ ਕਸਟਮਰ ਆ ਰਿਹਾ ਆ, ਕਿਉਂਕਿ ਟਰੱਕ ਤਾਂ ਹਮੇਸ਼ਾ ਸੜਕ 'ਤੇ ਚੱਲ ਹੀ ਰਹੇ ਚੱਲਦੇ ਰਹੇ। ਹਾਂਜੀ ਹਾਂ, ਅਤੇ ਕਸਟਮਰ ਤਾਂ ਸਾਡੇ ਉਹ ਮੇਰਾ ਖਿਆਲ ਆ ਵੀ ਕੋਈ ਥੋੜ੍ਹਾ ਬੜਾ ਫਰਕ ਪਿਆ ਹੋਊ, ਪਰ ਨਹੀਂ ਤਾਂ ਕਸਟਮਰ ਆਲਰੇਡੀ ਆਉਂਦਾ। ਹਾਂਜੀ, ਜੇਕਰ ਸਰਕਾਰਾਂ ਦੀ ਗੱਲ ਕਰੀਏ ਤਾਂ ਸਰਕਾਰਾਂ ਕਿਸ ਤਰ੍ਹਾਂ ਨਾਲ ਸਹਿਯੋਗ ਦਿੰਦੀਆਂ ਨੇ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਟਰੱਕਾਂ ਦੇ ਜਿਹੜੇ ਪਾਰਟਸ ਨੇ ਬਹੁਤ ਜ਼ਰੂਰੀ ਹੈਗੇ ਨੇ, ਕਿ ਉਹਨਾਂ ਵੱਲੋਂ ਵੀ ਤੁਹਾਨੂੰ ਕੋਈ ਹੈਲਪ ਮਿਲਦੀ ਹੈ, ਜਾਂ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੀ ਕੋਈ ਆਵਾਜ਼ ਉੱਥੇ ਪਹੁੰਚਾਉਣਾ ਚਾਹੁੰਦੇ ਹੋ ਜਾਂ ਤੁਹਾਡੀਆਂ ਕੋਈ ਮੰਗਾਂ ਹੁੰਦੀਆਂ ਜਿਹੜੇ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਤੁਸੀਂ? ਨਹੀਂ, ਅਸੀਂ ਹੁਣ ਸਾਡੀ ਸ਼ੋਪ ਹੈ ਨਾ, ਇਹ ਬੰਦ ਨਹੀਂ ਕਰ ਸਕਦੇ, ਸਾਨੂੰ ਹੈਵ ਟੂ ਖੋਲ੍ਹਣੀ ਪਊਗੀ, ਕਿਉਂਕਿ ਇੱਕ ਜ਼ਰੂਰੀ ਸਮਾਨ ਆ ਸਪੇਅਰ ਪਾਰਟ ਟਰੱਕਾਂ ਦਾ ਨਾ, ਅਤੇ ਇਸ ਕਰਕੇ ਅਸੀਂ ਪਹਿਲਾਂ ਸੋਚਿਆ ਸੀ ਬੰਦ ਕਰ ਦਿੰਦੇ ਹਾਂ ਥੋੜ੍ਹਾ ਜਿਹਾ ਜਦੋਂ ਜ਼ਿਆਦਾ ਹੋਇਆ ਸੀ ਸੀਰੀਅਸ, ਪਰ ਉਹ ਅਸੀਂ ਬੰਦ ਨਹੀਂ ਕਰ ਸਕਦੇ, ਗੌਰਮੈਂਟ ਵੱਲੋਂ ਸਾਨੂੰ ਵੀ ਹੈਵ ਟੂ ਓਪਨ ਦ ਸ਼ੋਪ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਭੁੱਲਰ ਸਾਹਿਬ? ਹਾਂਜੀ, ਮੈਂ ਨਾ ਉਹ 3-4 ਦਿਨ ਅਸੀਂ ਤਕਰੀਬਨ ਬੰਦ ਕੀਤੀ ਸੀ, ਫਿਰ ਸਾਡੇ ਕੁਛ ਕਸਟਮਰ ਵੀ ਕਹਿੰਦੇ, ਫਿਰ ਨਾਲੇ ਅਸੀਂ ਉਹ ਜਿਹੜੀ ਗੌਰਮੈਂਟ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਸੀ ਉਹਦੇ ਵਿੱਚ ਫਿਰ ਅਸੀਂ ਦੇਖਿਆ, ਮਤਲਬ ਅਸੀਂ ਪ੍ਰਿਕੋਸ਼ਨਸ ਵਰਤ ਰਹੇ ਹਾਂ, ਅਸੀਂ ਜਿਹੜਾ ਕਸਟਮਰ ਆ ਕਸਟਮਰ ਨੂੰ ਕੋਸ਼ਿਸ਼ ਕਰੀਦੀ ਆ ਇੱਕ ਦੋ ਕਸਟਮਰ ਹੀ ਇੱਕ ਸਮੇਂ 'ਤੇ ਦੁਕਾਨ ਦੇ ਅੰਦਰ ਆਉਣ, ਬਾਕੀ ਜਿਹੜਾ 6 ਫਿੱਟ ਵਾਲਾ ਡਿਸਟੈਂਸ ਮੇਨਟੇਨ ਕਰਨਾ ਉਹ ਕਰ ਰਹੇ ਹਾਂ, ਅਤੇ ਗਲਵਸ ਵਰਤ ਰਹੇ ਹਾਂ, ਸੈਨੇਟਾਈਜ਼ਰ ਵਰਤ ਰਹੇ ਹਾਂ, ਹਰ ਆਪਣੇ ਇੰਪਲੋਈ ਨੂੰ ਕਿਹਾ 10-15 ਮਿੰਟ ਬਾਅਦ ਜਾ ਕੇ ਜਦੋਂ ਕਿਸੇ ਕਸਟਮਰ ਨੂੰ ਹੈਂਡਲ ਕੀਤਾ ਅਤੇ ਉਹ ਆਪਣੇ ਹੱਥ ਤੋਂ ਉਹਦੇ ਤੋਂ ਬਿਨਾਂ ਹਾਈਜੀਨ ਜਿਹੜੇ ਪ੍ਰੋਡਕਟ ਸਾਡੇ ਕੋਲ ਪਏ ਨੇ ਅਤੇ ਉਹ ਜਦੋਂ ਕਸਟਮਰ ਜਾਂਦਾ ਫਿਰ ਅਸੀਂ ਪਿੱਛੇ ਸਪਰੇਅ ਕਰ ਦਿੰਦੇ ਹਾਂ ਚੀਜ਼ਾਂ ਦੇ ਕਰ ਦਿੰਦੇ ਹਾਂ, ਮੇਕ ਸ਼ੋਰ ਵੀ ਸੈਨੇਟਾਈਜ਼ ਕਰੀਦਾ ਵਾ ਐਵਰੀ ਡੇ ਸਟੋਰ ਨੂੰ ਸ਼ਾਮ ਨੂੰ ਘਰ ਨੂੰ ਜਾਣ ਲੱਗਿਆ। ਮੈਂ ਦੇਖ ਰਿਹਾ ਕਿ ਇਸ ਸਮੇਂ ਤਾਂ ਬਹੁਤ ਜ਼ਿਆਦਾ ਤੁਹਾਡਾ ਸਟੋਰ ਭਰਿਆ ਪਿਆ, ਮੈਨੂੰ ਲੱਗਦਾ ਨਹੀਂ ਕਿ ਕਿਸੇ ਚੀਜ਼ ਦੀ ਕੋਈ ਘਾਟ ਇੱਥੇ ਹੁੰਦੀ ਹੋਏਗੀ, ਲੇਕਿਨ ਕੁਛ ਜੇਕਰ ਘਾਟ ਆ ਵੀ ਜਾਂਦੀ ਹੈ, ਕੋਈ ਐਸਾ ਸਪੇਅਰ ਪਾਰਟ ਆ ਵੀ ਜਾਂਦਾ ਜੋ ਤੁਹਾਡੇ ਕੋਲ
ਫਿਰ ਵੇਟ ਕਰਨੀ ਪਏਗੀ ਕਸਟਮਰ ਨੂੰ। ਪਰ ਜਿਹੜੇ ਆਸ ਪਾਸ ਹੋਰ ਜਿਹੜੇ ਸਟੋਰਸ ਹੈਗੇ ਨੇ ਕੀ ਇੱਥੇ ਵੀ ਕੰਪੀਟੀਸ਼ਨ ਉਨਾ ਹੀ ਹੈ ਜਿੰਨਾ ਅਸੀਂ ਬਾਕੀ ਬਿਜ਼ਨਸ ਵਿੱਚ ਦੇਖਦੇ ਹਾਂ? ਇਸ ਬਿਜ਼ਨਸ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਕੰਪੀਟੀਸ਼ਨ ਹੈਗਾ ਔਰ ਆਉਣ ਵਾਲੇ ਸਮੇਂ ਵਿੱਚ ਕਿੰਨਾ ਕੁ ਵਧੇਗਾ? ਕੰਪੀਟੀਸ਼ਨ ਭਾਅ ਜੀ ਹਾਲੇ ਤਾਂ ਕੋਈ ਇੰਨਾ ਜ਼ਿਆਦਾ ਨਹੀਂ ਹੈਗਾ, ਕਿਉਂਕਿ ਇਹ ਜਿਸ ਤਰ੍ਹਾਂ ਤੁਹਾਨੂੰ ਦੱਸ ਰਹੇ ਹਾਂ ਵੀ ਆਪਾਂ ਪਹਿਲੇ ਪੰਜਾਬੀ ਹਾਂ ਜਿਨ੍ਹਾਂ ਨੇ ਇਹ ਖੋਲਿਆ ਆ, ਅਤੇ ਬਾਕੀ ਫਿਰ ਦੇਖੋ ਜਿੱਦਾਂ ਵੀ ਪਤਾ ਚੱਲੇਗਾ ਵੀ ਹੋਰ ਜੇ ਲੋਕ ਖੋਲਣਗੇ ਅਤੇ ਫਿਰ ਕੰਪੀਟੀਸ਼ਨ ਚੱਲੇਗਾ ਕਿ ਹੋਏਗਾ। ਹਾਂਜੀ ਹਾਲੇ ਤਾਂ ਅਸੀਂ ਇਹੀ ਸੋਚਦੇ ਹਾਂ ਵੀ ਜਿੱਦਾਂ ਵੀ ਹੋ ਸਕੇ ਵੀ ਆਪਣੀ ਕਮਿਊਨਿਟੀ ਦੀ ਹੈਲਪ ਕਰਨੀ ਆ, ਅਤੇ ਮਤਲਬ 2018 ਤੋਂ ਇਸ ਕੰਮ 'ਚ ਪਏ ਹਾਂ ਅਤੇ ਪੈਸੇ ਤਾਂ ਕਮਾਉਣੇ ਹੀ ਆ, ਚਲੋ ਇਹਨਾਂ ਵੀ ਕਾਰੋਬਾਰ ਆ, ਇੰਪਲੋਈਆਂ ਦੀਆਂ ਤਨਖਾਹਾਂ ਨੇ ਅਤੇ ਇਹ ਮਤਲਬ ਬਿਲਡਿੰਗ ਦੇ ਖਰਚੇ ਨੇ, ਬਿਜਲੀ ਆ, ਬਿੱਲ ਆ, ਇਹ ਗੱਲਾਂ ਧਿਆਨ 'ਚ ਰੱਖ ਕੇ ਵੀ ਮਤਲਬ ਕਰ ਰਹੇ ਹਾਂ। ਬਾਕੀ ਤੁਹਾਨੂੰ ਪਤਾ ਮਿਹਨਤ ਕਰੋ ਅਤੇ ਤੁਹਾਨੂੰ ਜਿਹੜਾ ਪਰਮਾਤਮਾ ਆ ਉਹਦਾ ਫਲ ਦਿੰਦਾ ਆ, ਅਤੇ ਕੰਪੀਟੀਸ਼ਨ ਤੋਂ ਤਾਂ ਕੋਈ ਗੱਲ ਨਹੀਂ। ਹੁਣ ਇੰਡੀਆ ਦੇ ਵਿੱਚ ਮੋਟਰਸਾਈਕਲਾਂ ਵਾਲੀ ਦੁਕਾਨ ਇੱਕ ਇੱਕ ਬਾਜ਼ਾਰ ਦੇ ਵਿੱਚ 30-40 ਦੁਕਾਨਾਂ ਹੁੰਦੀਆਂ, ਉਹ ਸਾਰੇ ਰੋਟੀ ਖਾਈ ਜਾਂਦੇ ਆ। ਜਿਹੜਾ ਸਾਡੇ ਨਾਲ ਜੁੜ ਗਿਆ, ਜਿਹਨੂੰ ਸਾਡੇ ਅਸੀਂ ਜਿਹਨੂੰ ਖੁਸ਼ ਕਰਕੇ ਖਿਲਾਇਆ, ਉਹਨੇ ਡੈਫੀਨੇਟਲੀ ਆਪ ਵੀ ਆਉਣਾ, ਨਾਲ ਉਹਨੇ ਆਪਣੇ ਭੈਣ ਭਰਾਵਾਂ ਨੂੰ ਹੋਰਾਂ ਨੂੰ ਵੀ ਦੱਸਣਾ। ਅਤੇ ਹੁਣ ਇੱਕ ਸਾਲ ਦੀ ਦੁਕਾਨ ਦੇ ਵਿੱਚ ਸਾਡੇ ਕੋਲ ਆਲਮੋਸਟ, ਅਸੀਂ ਇੱਕ ਦਿਨ ਦੇਖਦੇ ਸੀ ਸਾਡੇ ਕੋਲ ਕੋਈ 8-9 ਹਜ਼ਾਰ ਦੇ ਕਰੀਬ ਕਸਟਮਰ ਆ ਗਿਆ, ਜਿਹਦੇ ਵਿੱਚੋਂ ਜ਼ਿਆਦਾ ਨਹੀਂ ਤਾਂ 75 ਕਸਟਮਰ ਜਿਹੜੇ ਆ ਸਾਡੇ ਰਿਪੀਟਡ ਆ। ਅਤੇ ਬਾਕੀ ਅਸੀਂ ਨਹੀਂ, ਅਸੀਂ ਤਾਂ ਇਹੀ ਕਹਿੰਦੇ ਮਹਾਰਾਜ ਘੜੀ ਵੀ ਕਿਸੇ ਦਾ ਟਰੱਕ ਖਰਾਬ ਹੋਵੇ ਨਾ ਅਤੇ ਉਹ ਵਿਚਾਰਾ ਆਵੇ ਨਾ, ਪਰ ਜਿਹੜੇ ਹੁਣ ਨੋਰਮਲ ਵੇ ਟੇਅਰ ਬ੍ਰੇਕਸ ਡਰਮਸ ਨੇ ਉਹ ਤਾਂ ਤੁਹਾਨੂੰ ਮੇਨਟੇਨੈਂਸ ਦਾ ਇੱਕ ਪਾਰਟ ਆ, ਉਹ ਤਾਂ ਹਰ 5-6 ਮਹੀਨਿਆਂ ਬਾਅਦ ਤੁਹਾਨੂੰ ਕਰਨਾ ਹੀ ਪੈਣਾ। ਇਹ ਗੱਲ ਡਾਕਟਰਸ ਵੀ ਕਹਿੰਦੇ ਨੇ ਕਿ ਸਾਡੇ ਅਸੀਂ ਹੋਸਪਿਟਲ 'ਚ ਬੈਠੇ ਹਾਂ ਲੇਕਿਨ ਕੋਈ ਮਰੀਜ਼, ਕੋਈ ਵੀ ਜਿਹੜਾ ਸ਼ਖਸ ਆ ਉਹ ਬਿਮਾਰ ਨਾ ਹੋਵੇ ਜਿਸ ਨੂੰ ਹੋਸਪਿਟਲ ਦੀ ਜ਼ਰੂਰਤ ਪਏ, ਪਰ ਫਿਰ ਵੀ ਸਪੇਅਰ ਪਾਰਟਸ ਐਸੀ ਚੀਜ਼ ਹੈ ਕਿ ਜਿਵੇਂ ਤੁਸੀਂ ਕਿਹਾ ਬਿਲਕੁਲ ਠੀਕ ਗੱਲ ਹੈਗੀ ਕਿ ਸਪੇਅਰ ਪਾਰਟ ਕੋਈ ਅਗਰ ਕੋਈ ਪ੍ਰੋਡਕਟ ਜਿਹੜਾ ਹੈ ਖਰਾਬ ਹੋ ਜਾਂਦਾ ਹੈ, ਕੋਈ ਪਾਰਟ ਖਰਾਬ ਹੋ ਜਾਂਦਾ ਹੈ, ਉਸ ਪਾਰਟ ਦੀ ਜੇਕਰ ਰਿਪੇਅਰ ਨਾ ਹੋਵੇ ਜਾਂ ਫਿਰ ਉਸ ਪਾਰਟ ਨੂੰ ਬਦਲਿਆ ਨਾ ਜਾਏ ਤਾਂ ਤਦ ਤੱਕ ਉਹ ਟਰੱਕ ਖੜਾ ਤਾਂ ਖੜਾ ਹੀ ਰਹਿ ਜਾਂਦਾ ਹੈ। ਪੁੱਲਰ ਸਾਹਿਬ ਤੁਹਾਡੇ ਤੋਂ ਇਹ ਵੀ ਜ਼ਰੂਰ ਜਾਣਨਾ ਚਾਹਾਂਗੇ ਕਿਉਂਕਿ ਹੁਣ ਤੁਸੀਂ ਸਪੇਅਰ ਪਾਰਟਸ ਦਾ ਬਿਜ਼ਨਸ ਤਾਂ ਕਰ ਹੀ ਰਹੇ ਹੋ, ਸਪੇਅਰ ਪਾਰਟਸ ਹਰ ਤਰ੍ਹਾਂ ਦੇ ਤੁਸੀਂ ਵੇਚ ਵੀ ਰਹੇ ਹੋ, ਕੀ ਰਿਪੇਅਰਿੰਗ ਦੇ ਵੀ ਇੱਥੇ ਹੋ ਸਕਦੀ ਹੈ ਗੱਲ? ਨਹੀਂ ਭਾਅ ਜੀ, ਅਸੀਂ ਪਹਿਲੇ ਦਿਨ ਤੋਂ ਇਹੀ ਸੋਚਿਆ ਵੀ ਰਿਪੇਅਰ ਦਾ ਨਿੱਘਾ ਕੰਮ ਕਰਨਾ, ਕਿਉਂਕਿ ਉਹਦਾ ਕਾਰਨ ਸਭ ਤੋਂ ਵੱਡਾ ਇਹ ਆ ਵੀ ਸਾਡੇ ਕੋਲ ਕਾਫੀ ਸਾਰੀਆਂ ਸਾਡੇ ਸਟਾਕਟਨ ਮੰਟੀਕੇ ਏਰੀਏ ਦੀਆਂ ਰਿਪੇਅਰ ਸ਼ਾਪਾਂ, ਅਤੇ 14-15 ਦੇ ਕਰੀਬ ਪੰਜਾਬੀ ਅਤੇ 14-15 ਦੇ ਕਰੀਬ ਹੀ ਜਿਹੜੇ ਸਪੈਨਿਸ਼ ਮਕੈਨਿਕ ਨੇ ਉਹ ਸਮਾਨ ਲੈ ਕੇ ਜਾਂਦੇ ਨੇ, ਅਤੇ ਫਿਰ ਅਸੀਂ ਭਾਅ ਜੀ ਵੀ ਸਿਰਫ ਪਾਰਟਸ ਵੇਚਦੇ ਹਾਂ, ਅਤੇ ਕੰਮ ਜਿਹੜਾ ਆ ਸਾਡੇ ਕੋਲ ਆਉਂਦਾ ਉਹ ਅਸੀਂ ਸਾਰਾ ਇੱਦਾਂ ਸਾਰਿਆਂ ਨੂੰ ਵੰਡ ਕੇ ਦੇ ਦਿੰਦੇ ਹਾਂ। ਪਰ ਭਾਅ ਜੀ ਅਗਰ ਜੇਕਰ ਰਿਪੇਅਰਿੰਗ ਦੀ ਗੱਲ ਕੀਤੀ ਜਾਏ ਤਾਂ ਰਿਪੇਅਰਿੰਗ ਦਾ ਵੀ ਹਮੇਸ਼ਾ ਹਰ ਕੋਈ ਇਸ ਬਿਜ਼ਨਸ ਵਿੱਚ ਆਉਣਾ ਚਾਹੁੰਦਾ ਕਿਉਂਕਿ ਸਪਾਰਟਸ ਵੀ ਵੇਚ ਰਿਹਾ, ਸਪੇਅਰ ਪਾਰਟਸ ਵੀ ਵੇਚ ਰਿਹਾ ਔਰ ਨਾਲ ਦੇ ਨਾਲ ਰਿਪੇਅਰਿੰਗ ਵੀ ਕਰ ਰਿਹਾ, ਫਾਇਦਾ ਤਾਂ ਸੌਦਾ ਨਹੀਂ ਹੈ? ਨਹੀਂ ਭਾਅ ਜੀ, ਜਿੱਦਾਂ ਅਸੀਂ ਸੋਚਦੇ ਹਾਂ, ਅਸੀਂ ਡਿਫਰੈਂਟ ਵੇ ਸੋਚਦੇ ਹਾਂ। ਹਾਂਜੀ, ਅਸੀਂ ਜਿੱਦਾਂ ਅਸੀਂ ਸਿਰਫ ਸਪੇਅਰ ਪਾਰਟ ਦਾ ਸੋਚਿਆ, ਅਸੀਂ ਸਪੇਅਰ ਪਾਰਟ ਦਾ ਹੀ ਕਰਨਾ, ਅਤੇ ਇਹੀ ਗੱਲ ਅਸੀਂ ਪਹਿਲੇ ਦਿਨ ਤੋਂ ਆਖਰੀ ਦਿਨ ਅੱਜ ਵੀ ਇਸ ਗੱਲ ਨੂੰ 1.5 ਸਾਲ ਹੋ ਚੱਲਿਆ ਹੈ ਅਤੇ ਅਸੀਂ ਨਹੀਂ, ਕਈ ਸਾਡੇ ਕਸਟਮਰ ਵੀ ਕਹਿੰਦੇ ਨੇ ਸਾਨੂੰ ਯਾਰ ਤੁਸੀਂ ਆਪਣਾ 2 ਮਿਸਤਰੀ ਰੱਖ ਲਓ, ਪਰ ਅਸੀਂ ਕਹਿੰਦੇ ਨਹੀਂ, ਅਸੀਂ ਸਾਰੇ ਜਣੇ ਰਲ ਕੇ ਰੋਟੀ ਖਾਣ, ਵੀ ਮਿਸਤਰੀ ਜਿਹੜੇ ਆ ਉਹ ਵਿਚਾਰੇ ਆਪਣਾ ਸਮਾਨ ਲਿਜਾਂਦੇ ਨੇ, ਪਾ ਲੈਂਦੇ ਨੇ, ਤੁਸੀਂ ਸਾਡੇ ਕੋਲ ਪਾਰਟ ਲੈ ਜਾਓ ਜਾ ਕੇ ਅਤੇ ਕਿਸੇ ਕੋਲੋਂ ਪਵਾ ਲਓ, ਅਤੇ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਆਪਣਾ ਕੋਈ ਮਿਸਤਰੀ ਰੱਖੀਏ। ਤੁਸੀਂ ਵੀ ਇਸ ਗੱਲ ਨਾਲ ਵਾਕਿਫ ਹੋ ਜੇ ਕੀ ਹੈ ਇੱਥੇ? ਅਸੀਂ ਹੁਣ ਇਹ 'ਚ ਭਾਅ ਜੀ ਥੋੜ੍ਹੇ ਪ੍ਰੋਫੈਸ਼ਨਲ ਹੋਣਾ ਚਾਹੁੰਦੇ ਹਾਂ, ਪਾਰਟਸ ਦੋ ਫਿਰ ਸਾਡੀ ਨਾ ਜਿਹੜੀ ਇੰਟੈਂਸ਼ਨ ਉਹ 2 ਜਗ੍ਹਾ ਵੰਡੀ ਜਾਣੀ, ਅਤੇ ਸਾਡਾ ਮੇਨ ਫੋਕਸ ਜਿਹੜਾ ਉਹ ਸਪੇਅਰ ਪਾਰਟਸ 'ਤੇ ਹੀ ਆ, ਅਤੇ ਇਹੀ ਚਾਹੁੰਦੇ ਹਾਂ। ਬਾਕੀ ਪਾਰਟਸ ਦੀਆਂ ਦੁਕਾਨਾਂ ਤਾਂ ਬਹੁਤ ਨੇ ਅਤੇ ਉਹ ਸਾਡੇ ਕਸਟਮਰ ਵੀ ਨੇ, ਫਿਰ ਅਸੀਂ ਚਾਹੁੰਦੇ ਵੀ ਨਹੀਂ ਕੋਈ ਨਾਰਾਜ਼ ਹੋਵੇ, ਅਸੀਂ ਠੀਕ ਆ, ਪਾਰਟਸ ਗੁੱਡ ਆ। ਹਾਂਜੀ, ਇਸ ਤੋਂ ਇਲਾਵਾ ਜਿਹੜੇ ਟਰੱਕਾਂ ਦੇ ਸਪੇਅਰ ਪਾਰਟਸ ਆ ਤੁਸੀਂ ਰੱਖਦੇ ਹੀ ਹੋ, ਲੇਕਿਨ ਉਹਦੇ ਪਿੱਛੇ ਜਿਹੜੇ ਰੈਫਰੀਜਰੇਸ਼ਨ ਹੁੰਦੇ ਨੇ ਉਹਦੇ ਵੀ ਪਾਰਟਸ ਰੱਖਦੇ ਹੋ ਤੁਸੀਂ? ਹਾਂਜੀ ਭਾਅ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਵੀ ਜਿਹੜੇ ਇਹ ਰਿਆੜ ਸਾਹਿਬ ਨੇ ਨਾ, ਇਹ ਐਕਚੁਅਲੀ ਇਹ ਦੋਨੋਂ ਬ੍ਰਦਰ ਹੀ ਰਿਪੇਅਰ ਕਰਦੇ ਨੇ ਰੀਫਰਾਂ ਦੀ, ਇਹ ਰੀਫਰਾਂ ਦੀ ਏ ਪੀ ਯੂ ਯੂਨਿਟ ਦੀ ਰਿਪੇਅਰ ਕਰਦੇ ਨੇ, ਅਤੇ ਇਹਨਾਂ ਦਾ ਇੱਥੇ ਬਿਜ਼ਨਸ ਸਟਾਕਟਨ ਦੇ ਵਿੱਚ ਆ, ਇਹ ਨਾਲ ਇਹ ਸਿਰਫ ਇਹੀ ਰਿਪੇਅਰ ਦਾ ਕੰਮ ਕਰਦੇ ਨੇ, ਅਤੇ ਪਾਰਟਸ ਅਸੀਂ ਤਕਰੀਬਨ ਏ ਪੀ ਯੂ ਦੇ ਅਤੇ ਰੈਫਰੀਜਰੇਟਰ ਯੂਨਿਟ ਦੇ ਰੱਖੀ ਦੇ ਆ। ਹਾਂਜੀ, ਉਹਦੇ ਵਿੱਚ ਵੀ ਕੰਪੀਟੀਸ਼ਨ ਤਗੜਾ ਹੈਗਾ? ਨਹੀਂ, ਕੋਈ ਇੰਨਾ ਵੱਡਾ ਨਹੀਂ ਆ, ਡੀਲਰ ਆ, ਡੀਲਰਾਂ ਦੇ ਕੋਲ ਪਾਰਟ ਆ, ਅਤੇ ਜਾਂ ਫਿਰ ਸਾਡੇ ਕੋਲ ਆ, ਹੋਰ ਕੋਈ ਉਹਦੇ ਵਿੱਚ ਹੈ ਨਹੀਂ ਗਾ ਖਾਸ। ਆਉਣ ਵਾਲੇ ਸਮੇਂ ਵਿੱਚ ਜੇਕਰ ਗੱਲ ਕਰੀਏ ਤਾਂ ਇਸ ਕੰਮ ਨੂੰ ਵਧਾਉਣ ਦੀ ਗੱਲ ਕਰੀਏ, ਕਿਉਂਕਿ ਹਰ ਕੋਈ ਆਨਲਾਈਨ ਆ ਰਿਹਾ ਇਸ ਸਮੇਂ, ਕਿਉਂਕਿ ਆਨਲਾਈਨ ਬਾਜ਼ਾਰ ਜਿਹੜਾ ਬਹੁਤ ਵੱਡਾ ਹੈਗਾ, ਲੋਕ ਤੁਹਾਡੇ ਨਾਲ ਕਿਤੇ ਵੀ ਹੋਣ, ਸਿਰਫ ਕੈਲੀਫੋਰਨੀਆ ਵਿੱਚ ਨਹੀਂ ਬਾਹਰ ਵੀ ਹੋਣ, ਤਾਂ ਉਹ ਲੋਕ ਬੜੇ ਈਜ਼ੀਲੀ ਤੁਹਾਡੇ ਨਾਲ ਜੁੜ ਸਕਦੇ ਨੇ ਕਿ ਆਉਣ ਵਾਲੇ ਟਾਈਮ 'ਤੇ ਆਨਲਾਈਨ ਵੀ ਤੁਸੀਂ ਕਰਨ ਜਾ ਰਹੇ ਹੋ ਇਸ ਆਪਣੇ ਸਟੋਰ ਨੂੰ? ਹਾਂਜੀ ਭਾਅ ਜੀ, ਬਿਲਕੁਲ ਕਰਨ ਜਾ ਰਹੇ ਨੇ, ਸਾਡੀ ਜਿਹੜੀ ਵੈਬਸਾਈਟ ਆ ਉਹ ਰੈਡੀ ਆ, ਅਤੇ ਅਸੀਂ ਆਈ ਥਿੰਕ ਨੈਕਸਟ ਮੰਥ ਤੱਕ ਉਹਨੂੰ ਲਾਂਚ ਕਰ ਦੇਣਾ,
ਤੇ ਫਿਰ ਉਹਦੇ ਤੋਂ ਬਾਅਦ ਕੀ ਆ ਵੀ ਆਪਾਂ ਜਿੰਨੇ ਸਾਡੇ ਕਸਟਮਰ ਨੇ ਸਾਡੇ ਕੋਲ ਕੈਲੀਫੋਰਨੀਆ ਤੋਂ ਬਿਨਾਂ ਬਾਹਰ ਬਹੁਤ ਕਸਟਮਰ ਨੇ ਸਾਡੇ ਕੋਲ ਇੰਡੀਆਨਾ 'ਚ ਕਸਟਮਰ ਨੇ, ਮੈਰੀਲੈਂਡ ਵਾ, ਵਰਜੀਨੀਆ ਆ, ਓਹਾਇਓ 'ਚ ਵਾ ਇੱਕ ਸ਼ੋਪ, ਪੈਲਸਨਵੀਨੀਆ 'ਚ ਸ਼ੋਪ, ਸਦਰਨ ਕੈਲੀਫੋਰਨੀਆ 'ਚ ਸ਼ੋਪਾਂ ਨੇ, ਅਤੇ ਓਰੇਗਨ ਵਾ ਇੱਕ ਆਪਣੇ ਸ਼ੋਪ ਪੰਜਾਬੀਆਂ ਦੀ, ਉਹ ਸਾਰੇ ਸਮਾਨ ਅਸੀਂ ਉਹਨਾਂ ਨੂੰ ਡਰੋਪ ਸ਼ਿਪ ਕਰਦੇ ਹਾਂ ਅਤੇ ਜਾਂ ਅਸੀਂ ਕੁਛ ਇੱਕ ਇੱਥੋਂ ਲੋਕਲ ਸ਼ਿਪ ਕਰਦੇ ਆਪਣੀ ਆਪਣੇ ਸਟੋਰ ਤੋਂ। ਅਤੇ ਹੁਣ ਅਸੀਂ ਔਨਲਾਈਨ ਸਟੋਰ ਜਿਹੜਾ ਬਣਾ ਰਹੇ ਹਾਂ ਉਹਦੇ ਵਿੱਚ ਜਿੱਦਾਂ ਆਮ ਵੱਡੀਆਂ ਸ਼ੋਪਾਂ ਦਾ ਹੁੰਦਾ ਨਾ ਵੀ ਉਹਨਾਂ ਨੇ ਉਹ ਤੁਹਾਨੂੰ ਕਾਰਡ ਬਣਾ ਦਿੰਦੇ ਨੇ, ਲਾਈਕ ਐਮਾਜ਼ੋਨ ਤੁਸੀਂ ਕਾਰਡ ਬਣਾ ਕੇ ਤੁਸੀਂ ਜਿਹੜੇ ਪਾਰਟ ਵਾ ਪਿੱਕ ਕਰ ਲਓ, ਅਤੇ ਉਹ ਅਸੀਂ ਤਕਰੀਬਨ ਸਾਡੇ ਲੋਕਲ ਕਸਟਮਰ ਨੂੰ ਵੀ ਅਸੀਂ ਦੇ ਦਿੰਦੇ ਹਾਂ ਵੀ ਆਪਣਾ ਅਕਾਊਂਟ ਸੈਟਅਪ ਕਰ ਲਓ ਅਤੇ ਉਹਦੇ ਵਿੱਚ ਤੁਸੀਂ ਆਪਣਾ ਸਮਾਨ ਐਡ ਕਰ ਦਿਓ, ਅਤੇ ਆਉਣ ਤੋਂ ਪਹਿਲਾਂ ਹੀ ਕਲਿੱਕ ਕਰ ਦਿਓ, ਅਸੀਂ ਤੁਹਾਡੇ ਆਉਂਦਿਆਂ ਨੂੰ ਪਿੱਕ ਲਿਸਟ ਤਿਆਰ ਕਰਕੇ ਤੁਹਾਡਾ ਸਮਾਨ ਕੱਢ ਕੇ ਬਾਹਰ ਰੱਖਿਆ ਹੋਊਗਾ, ਉਹਦੇ ਵਿੱਚ ਤੁਹਾਡਾ ਮਤਲਬ ਕਸਟਮਰ ਦਾ ਸਮਾਂ ਕਾਫੀ ਬਚੇਗਾ। ਔਰ ਇਹ ਅਗਰ ਕੋਈ ਮੈਂਬਰਸ਼ਿਪ ਲੈਂਦਾ ਤਾਂ ਕੀ ਇਹ ਵੀ ਕੋਈ ਪਲਾਨ ਹੈਗਾ ਕਿ ਕੋਈ ਤੁਹਾਡੇ ਤੋਂ ਮੈਂਬਰਸ਼ਿਪ ਲਏ ਜਾਂ ਫਿਰ ਕੋਈ ਆਪਣਾ ਡੇਲੀ ਦਾ ਕੋਈ ਕਸਟਮਰ ਐਸਾ ਬਣ ਜਾਂਦਾ, ਰੂਟੀਨ ਦਾ ਕੋਈ ਐਸਾ ਕਸਟਮਰ ਬਣ ਜਾਂਦਾ ਤਾਂ ਉਹ ਆਪਣੇ ਤੁਹਾਨੂੰ ਬਾਰਗੇਨਿੰਗ ਵੀ ਬੜੇ ਵਧੀਆ ਮਿਲ ਜਾਏ ਉਸਨੂੰ ਇੱਥੇ? ਨਹੀਂ ਨਹੀਂ ਨਹੀਂ, ਇਸ ਤਰ੍ਹਾਂ ਨਹੀਂ ਆ, ਜਿੱਦਾਂ ਮਤਲਬ ਪ੍ਰਾਈਜ਼ ਆ, ਪ੍ਰਾਈਜ਼ਾਂ 'ਤੇ ਸਾਡੀਆਂ ਹਾਂਜੀ ਪ੍ਰਾਈਜ਼ਾਂ ਫਿਕਸ ਨੇ, ਪ੍ਰਾਈਜ਼ਾਂ ਵਧੀਆ ਨੇ, ਜਿਹੜੀਆਂ ਥੋੜ੍ਹਾ ਬਹੁਤ ਫਰਕ ਹੁੰਦਾ ਆ, ਅਤੇ ਜਿੱਦਾਂ ਲਾਈਕ ਡੀਲਰ ਦੇ ਆ, ਤੁਸੀਂ ਜਿੰਨਾ ਬਾਏ ਕਰੋਗੇ ਉਨਾ ਹੀ ਤੁਹਾਡੀ ਪ੍ਰਾਈਜ਼ ਡਰੋਪ ਹੁੰਦੀ ਆ, ਜਿੰਨਾ ਤੁਸੀਂ ਜ਼ਿਆਦਾ ਜਿੰਨੇ ਜ਼ਿਆਦਾ ਪਾਰਟ ਬਾਏ ਕਰਦੇ ਆ ਉਹ ਆਟੋਮੈਟਿਕਲੀ ਜਿਹੜੀ ਤੁਹਾਡੀ ਪ੍ਰਾਈਜ਼ ਆ ਉਨੀ ਘੱਟ ਜਾਂਦੀ ਆ। ਅਤੇ ਇਸ ਤਰ੍ਹਾਂ ਦਾ ਹੀ ਅਸੀਂ ਮਤਲਬ ਜਿਹੜਾ ਸੋਫਟਵੇਅਰ ਆ ਬਹੁਤ ਵਧੀਆ ਸੋਫਟਵੇਅਰ ਤਿਆਰ ਕਰਾਇਆ, ਅਤੇ ਉਹਦੇ ਵਿੱਚ ਉਹ ਆਟੋਮੈਟਿਕਲੀ ਜਿੱਦਾਂ ਜਿੱਦਾਂ ਤੁਹਾਡੇ ਮਤਲਬ ਜਿਹੜੀ ਪ੍ਰਾਈਜ਼ ਆ ਵੱਧਦੀ ਜਾਏਗੀ ਕਿ ਤੁਸੀਂ ਇੰਨਾ ਸਮਾਨ ਬਾਏ ਕਰ ਲਿਆ ਤਾਂ ਉਹਦੀਆਂ ਪ੍ਰਾਈਜ਼ਾਂ ਅਤੇ ਡਰੋਪ ਹੋ ਜਾਣਗੀਆਂ ਜੀ ਪਾਰਟਸ ਦੀਆਂ। ਅਮਨ ਭਾਅ ਜੀ, ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ ਕਿ ਪੰਜਾਬੀ ਭਾਈਚਾਰੇ ਦਾ ਇੱਥੇ ਆ ਹੀ ਰਹੇ ਨੇ, ਕੀ ਹੋਰ ਵੀ ਭਾਈਚਾਰੇ ਦੇ ਜਿਹੜੇ ਲੋਕ ਟਰੱਕਿੰਗ ਇੰਡਸਟਰੀ ਵਿੱਚ ਹੈਗੇ ਨੇ ਉਹ ਤੁਹਾਡੇ ਕੋਲ ਆਉਂਦੇ ਨੇ ਇੱਥੇ? ਹਾਂਜੀ, ਮੈਕਸੀਕਨ ਭਾਅ ਜੀ ਬਹੁਤ ਆਉਂਦੇ ਨੇ, ਅਤੇ ਮਤਲਬ ਇੱਥੋਂ ਦੇ ਗੋਰੇ ਪੀਪਲ ਉਹ ਵੀ ਬਹੁਤ ਆਉਂਦੇ ਨੇ, ਪਰ ਮੈਕਸੀਕਨ ਜਿਹੜੇ ਨੇ ਉਹ ਉਹੀ ਸਾਨੂੰ ਵਿੱਚੋਂ ਦੱਸ ਕੇ ਜਾਂਦੇ ਨੇ ਕਿ ਤੁਹਾਡੇ ਇਹ ਸਮਾਨ ਜਿਹੜਾ ਬਹੁਤ ਮਤਲਬ ਸਸਤਾ ਮਾਰਕੀਟ ਨਾਲੋਂ। ਤਾਂ ਲਾਸਟ ਈਅਰ ਤਾਂ ਸਾਡੇ ਕਾਫੀ ਮੈਕਸੀਕਨ ਪੀਪਲ ਆਏ, ਹਾਂਜੀ ਕਸਟਮਰ ਬਹੁਤ ਜ਼ਿਆਦਾ ਆਇਆ। ਤੁਹਾਨੂੰ ਕੀ ਲੱਗਦਾ ਕਿਉਂਕਿ ਜਦੋਂ ਤੁਸੀਂ ਟਰੱਕਿੰਗ ਇੰਡਸਟਰੀ 'ਚ ਖੁਦ ਵੀ ਸੀਗੇ ਪਹਿਲਾਂ ਔਰ ਇਸ ਸਮੇਂ ਹੁਣ ਤੁਸੀਂ ਸਟੋਰ ਇੱਥੇ ਚਲਾ ਰਹੇ ਹੋ, ਤਾਂ ਟਰੱਕਿੰਗ ਇੰਡਸਟਰੀ ਵਿੱਚ ਇੰਨੇ ਸਾਲ ਗੁਜ਼ਾਰਨ ਤੋਂ ਬਾਅਦ ਤੁਹਾਨੂੰ ਖੁਦ ਵੀ ਪਤਾ ਚੱਲ ਜਾਂਦਾ ਕਿ ਐਕਸਪੀਰੀਅੰਸ ਵੀ ਹੋ ਜਾਂਦਾ ਕਿ ਨਹੀਂ ਇਸ ਸਪੇਅਰ ਪਾਰਟ ਦੀ ਜਿਹੜੀ ਹੈ ਮੰਗ ਬਹੁਤ ਜ਼ਿਆਦਾ ਹੈਗੀ ਹੈ। ਤੁਹਾਨੂੰ ਲੱਗਦਾ ਕਿ ਕੁਛ ਐਸੇ ਵੀ ਪਾਰਟਸ ਹੁੰਦੇ ਹੋਣਗੇ ਜਿਵੇਂ ਜ਼ਿਆਦਾ ਤਾਂ ਹੁਣ ਭਾਅ ਜੀ ਡਰਮਸ ਨੇ, ਬ੍ਰੇਕਾਂ ਨੇ, ਇਲੈਕਟ੍ਰੀਕਲ ਸਟਾਫ ਹੁੰਦਾ ਆ, ਅਲਟੀਨੇਟਰ ਸਟਾਰਟਰ ਆ, ਮੋਸਟਲੀ ਜਿਵੇਂ ਹੋਜ਼ਸ ਨੇ। ਅਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਅਸੀਂ ਜਿਵੇਂ ਮਤਲਬ ਕਸਟਮ ਹੋਜ਼ਸ ਵੀ ਬਿਲਡ ਕਰ ਦਿੰਦੇ ਹਾਂ, ਜਿਵੇਂ ਹਾਈਡਰੋਲਿਕ ਹੋਜ਼ਸ ਹੋ ਗਈਆਂ, ਏ ਸੀ ਦੀਆਂ ਹੋਜ਼ਸ ਹੋ ਗਈਆਂ, ਜਾਂ ਜਿਵੇਂ ਤੁਸੀਂ ਕੋਈ ਏਅਰਲਾਈਨ ਦੀ ਫਿਟਿੰਗ ਜਾਂ ਕੋਈ ਹੋਜ਼ ਚਾਹੀਦੀ ਆ ਪਰਟੀਕੁਲਰ ਸਾਈਜ਼, ਉਹ ਅਸੀਂ ਮਤਲਬ ਕਸਟਮ ਹੋਜ਼ ਬਣਾ ਦਿੰਦੇ ਹਾਂ। ਤਾਂ ਮੋਸਟਲੀ ਜਿਹੜੇ ਜ਼ਰੂਰੀ ਪਾਰਟ ਨੇ ਉਹ ਸਾਡੇ ਕੋਲ ਆਲਮੋਸਟ ਸਾਰੇ, ਅਤੇ ਬਾਕੀ ਜਿਹੜੇ ਡੀਪ ਤੁਸੀਂ ਇੰਜਨ ਦੇ ਅੰਦਰਲੇ ਪਾਰਟ ਨੇ ਉਹ ਅਜੇ ਨਹੀਂ ਕੈਰੀ ਕਰਦੇ, ਪਰ ਉਹ ਅਸੀਂ ਸੋਚਦੇ ਹਾਂ ਕਿ ਉਹ ਵੀ ਕਰਾਂਗੇ, ਪਰ ਅਜੇ ਸਾਡੇ ਕੋਲ ਮਤਲਬ ਤੁਸੀਂ ਲਾ ਲਓ ਵੀ ਜਿਹੜਾ ਬਾਹਰਲਾ ਜੋ ਸਮਾਨ ਟਰੱਕ ਦੇ ਇੰਜਨ ਦੇ ਬਾਹਰ ਬਾਰੇ ਉਹ ਸਾਰੇ ਸਾਡੇ ਕੋਲ ਸੋਫਟ ਹੈਗਾ ਜੀ। ਭੁੱਲਰ ਸਾਹਿਬ ਦੀਆਂ ਗੱਲਾਂ ਅਸੀਂ ਸੁਣ ਲਈਆਂ, ਅਮਨ ਜੀ ਦੀਆਂ ਗੱਲਾਂ ਅਸੀਂ ਸੁਣ ਲਈਆਂ, ਇਹਨਾਂ ਨੇ ਆਪਣੇ ਜਿਹੜੇ ਸਟੋਰ ਦੀਆਂ ਨੇ ਖਾਸੀਅਤਾਂ ਵੀ ਦੱਸੀਆਂ ਨੇ। ਮੈਂ ਦੇਖ ਰਿਹਾ ਕਿ ਲਗਾਤਾਰ ਇਹਨਾਂ ਕੋਲ ਇੱਥੇ ਕਸਟਮਰਸ ਵੀ ਪਹੁੰਚੇ ਨੇ, ਕਸਟਮਰਸ ਨਾਲ ਗੱਲਬਾਤ ਕਰਦੇ ਹਾਂ, ਗਾਹਕਾਂ ਨਾਲ ਗੱਲਬਾਤ ਕਰਦੇ ਹਾਂ ਔਰ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਸ ਸੋਚ ਨਾਲ ਉਹ ਇਸ ਸਟੋਰ ਵਿੱਚ ਆਏ ਨੇ ਕੀ ਉਹਨਾਂ ਦੀ ਇਹ ਸੋਚ ਪੂਰੀ ਹੋਈ ਹੈ, ਜੋ ਮੰਗ ਉਹਨਾਂ ਨੇ ਕੀਤੀ ਹੈ ਕੀ ਉਹ ਮੰਗ ਉਹਨਾਂ ਦੀ ਪੂਰੀ ਹੋਈ ਹੈ ਜਾਂ ਨਹੀਂ ਹੋਈ। ਆਓ ਗਾਹਕਾਂ ਨਾਲ ਹੀ ਗੱਲ ਕਰਦੇ ਹਾਂ। ਸੋ ਬੈਸਟ ਪ੍ਰਾਈਜ਼ ਵਿੱਚ ਇਸ ਸਮੇਂ ਅਸੀਂ ਖੜੇ ਹਾਂ ਔਰ ਬੈਸਟ ਪ੍ਰਾਈਜ਼ ਵਿੱਚ ਕੁਝ ਗਾਹਕ ਵੀ ਇੱਥੇ ਆਏ ਹੋਏ ਨੇ। ਵੀ ਜੀ, ਕੀ ਨਾਮ ਹੈ ਤੁਹਾਡਾ ਦੱਸੋ? ਹਰਦੀਪ ਸਿੰਘ ਜੀ। ਹਰਦੀਪ ਸਿੰਘ ਜੀ, ਬੈਸਟ ਪ੍ਰਾਈਜ਼ ਵਿੱਚ ਕੀ ਲੈਣਾ ਆਇਓ ਤੁਸੀਂ? ਮੈਂ ਲੈਣਾ ਹੈ ਜੀ ਟਰੱਕ ਵਾਸਤੇ ਬੰਪਰ ਜੀ। ਅਤੇ ਤੁਹਾਨੂੰ ਲੱਗਦਾ ਕਿ ਇੱਥੇ ਜਿਹੜਾ ਬੈਸਟ ਪ੍ਰਾਈਜ਼ ਮਿਲ ਰਿਹਾ ਬੰਪਰ ਦਾ? ਬਿਲਕੁਲ ਜੀ ਬਿਲਕੁਲ, ਇਹ ਵੀਰ ਮਨਪ੍ਰੀਤ ਸਿੰਘ ਹੋਣੀ ਅਤੇ ਵੀਰ ਅਮਨਦੀਪ ਸਿੰਘ ਜੀ ਰਿਆੜ ਸਾਹਿਬ, ਇਹ ਸਾਡੇ ਬੜੇ ਚੰਗੇ ਮਿੱਤਰ ਵੀ ਆ, ਅਤੇ ਬੈਸਟ ਪ੍ਰਾਈਜ਼ ਜਿਹੜਾ ਇਹ ਸਟੋਰ ਆ, ਇੱਥੇ ਹਰ ਚੀਜ਼ ਮਿਲ ਜਾਂਦੀ ਹੈ ਟਰੱਕ ਦੀ, ਇੱਕੋ ਛੱਤ ਥੱਲੇ ਤਕਰੀਬਨ ਹਰ ਚੀਜ਼ ਮਿਲ ਜਾਂਦੀ। ਜੇ ਕੋਈ ਨਹੀਂ ਵੀ ਮਿਲਦੀ ਤਾਂ ਇਹਨਾਂ ਨੂੰ ਬੇਨਤੀ ਕਰ ਦੇਈ ਦੀ, ਫਿਰ ਇਹ ਲਿਆ ਦਿੰਦੇ ਆ, ਅਤੇ ਆਪਣੀ ਕਮਿਊਨਿਟੀ ਵਾਸਤੇ ਬਹੁਤ ਚੰਗੀ ਗੱਲ ਆ। ਇੱਕ ਤਾਂ ਗੱਲਬਾਤ ਪੰਜਾਬੀ 'ਚ ਕਰ ਲੈਂਦੇ ਹਾਂ, ਸਾਡੇ ਵਾਸਤੇ ਬਹੁਤ ਜ਼ਿਆਦਾ ਹੈਲਪ ਦੀ ਵਧੀਆ ਗੱਲ ਆ, ਅਤੇ ਦੂਜੀ ਗੱਲ ਪ੍ਰਾਈਸ ਦੀ ਵੀ ਇਹ ਆ ਵੀ ਜੇ ਆਪਾਂ ਡੀਲਰਸ਼ਿਪ 'ਤੇ ਲੈਣ ਜਾਂਦੇ ਹਾਂ ਅਤੇ ਇਹਦੇ ਨੂੰ ਦੁੱਗਣੇ ਪ੍ਰਾਈਸ ਉੱਥੇ ਹੁੰਦੇ ਆ, ਅਤੇ ਇੱਥੇ ਸਾਨੂੰ ਬੜੇ ਵਧੀਆ ਪ੍ਰਾਈਸ ਮਿਲ ਜਾਂਦੇ ਆ ਅਤੇ ਬੜਾ ਵਧੀਆ ਸਮਾਨ ਮਿਲਦਾ, ਅਤੇ ਬਾਕੀ ਇਹਨਾਂ ਨਾਲ ਫਰੈਂਡਲੀ ਆਪਾਂ ਜਿਹੜੀ ਗੱਲਬਾਤ ਕਰ ਸਕਦੇ ਹਾਂ ਕਿ ਹਰ ਚੀਜ਼ ਬੜੀ ਵਧੀਆ। ਹਰਦੀਪ ਜੀ, ਕੋਈ ਐਸਾ ਸਮਾਨ ਵੀ ਹੈ ਜੋ ਤੁਸੀਂ ਇੱਥੇ ਲੈਣ ਆਏ ਹੋ ਲੇਕਿਨ ਸਮਾਨ ਇੱਥੇ ਅਵੇਲੇਬਲ ਨਾ ਹੋਵੇ ਲੇਕਿਨ ਇਹਨੇ ਬਹੁਤ ਛੇਤੀ ਇੱਥੇ ਅਵੇਲੇਬਲ ਕਰਵਾ ਦਿੱਤਾ ਹੋਵੇ ਤੁਹਾਨੂੰ? ਤਕਰੀਬਨ ਤਾਂ ਸਾਨੂੰ ਮਿਲ ਹੀ ਜਾਂਦਾ ਹੈ, ਜਿੰਨੀ ਵਾਰੀ ਇਹ ਆਏ ਹਾਂ ਬੈਟਰੀਆਂ ਲੈਣ ਵਾਸਤੇ ਆਏ ਹਾਂ, ਹੋਰ ਜੋ ਵੀ ਚੀਜ਼ ਲੈਣੀ ਮਿਲ ਜਾਂਦਾ। ਕਈ ਵਾਰੀ ਹੋ ਵੀ ਜਾਂਦਾ ਇੱਦਾਂ, ਜਿੱਦਾਂ
ਬਾਕੀ ਸਟੋਰਸ ਨਾਲੋਂ ਇਹ ਸਟੋਰ ਦੀ ਅਗਰ ਜੇਕਰ ਤੁਸੀਂ ਖਾਸੀਅਤ ਦੱਸਣੀ ਹੋ ਤਾਂ ਕਿਸ ਤਰ੍ਹਾਂ ਦੱਸੋਗੇ, ਬਾਕੀ ਸਟੋਰਸ ਨਾਲੋਂ ਕਿਸ ਤਰ੍ਹਾਂ ਅਲੱਗ ਹੈ ਸਟੋਰ? ਜਿੱਦਾਂ ਤੁਹਾਨੂੰ ਪਹਿਲਾਂ ਮੈਂ ਦੱਸਿਆ ਵੀ ਸਾਡੇ ਵਾਸਤੇ ਪੰਜਾਬੀ ਕਮਿਊਨਿਟੀ ਵਾਸਤੇ ਸਭ ਤੋਂ ਵਧੀਆ ਵਾ ਜਿਹੜਾ ਅਸੀਂ ਇੱਕ ਭਾਸ਼ਾ 'ਚ ਗੱਲ ਕਰ ਲਈ ਸਭ ਤੋਂ ਵਧੀਆ ਇਹ ਆ। ਦੂਜਾ ਇਹ ਆ ਵੀ ਜਦੋਂ ਡੀਲਰਸ਼ਿਪ 'ਤੇ ਲੈਣ ਜਾਵਾਂਗੇ ਆਪਾਂ ਨੂੰ ਉਹ ਬਾਹਰ ਜੇ ਖਿਲਾਰ ਦਿੰਦੇ ਆਪਾਂ ਨੂੰ ਪਤਾ ਨਹੀਂ ਲੱਗਦਾ ਜਿਹੜੀ ਆਪਾਂ ਇੱਕ ਤਾਂ ਗੱਲਬਾਤ ਦੱਸਿਆ ਪਤਾ ਨਹੀਂ ਲੱਗਦਾ, ਅਤੇ ਇਹਨਾਂ ਨਾਲ ਹੀ ਅੱਗੇ ਜਾ ਕੇ ਹਰ ਚੀਜ਼ ਬੜਾ ਵਧੀਆ ਫਰੈਂਡਲੀ ਆਪਾਂ ਲੈ ਸਕਦੇ ਹਾਂ ਚੀਜ਼ ਕੋਈ ਨਾ ਕੋਈ, ਅਤੇ ਬਹੁਤ ਮੈਨੂੰ ਵਧੀਆ ਲੱਗਦਾ ਇਸ ਕਰਕੇ। ਔਰ ਹਰ ਬ੍ਰਾਂਡ ਵੀ ਮਿਲ ਜਾਂਦੀ ਹੈ? ਬਿਲਕੁਲ ਬਿਲਕੁਲ, ਇੱਥੇ ਸਭ ਤੋਂ ਵਧੀਆ ਚੀਜ਼ਾਂ ਮਿਲਦੀਆਂ ਨੇ, ਦੱਸ ਦਿੰਦੇ ਆ ਵੀ ਆਹ ਜਿਹੜੀ ਚੀਜ਼ ਆ ਇਹਦਾ ਆਹ ਫਰਕ ਆ ਇਹਦਾ ਆਹ ਫਰਕ ਆ, ਅਤੇ ਆਪਣਾ ਤੁਸੀਂ ਚੋਇਸ ਕਰ ਸਕਦੇ ਹੋ ਕਿਹੜਾ ਲੈਣਾ। ਸੋ ਬੈਸਟ ਪ੍ਰਾਈਜ਼ ਵਿੱਚ ਹਰ ਚੀਜ਼ ਇਸ ਸਮੇਂ ਇੱਥੇ ਉਪਲਬਧ ਹੈ, ਜਿਹੜੇ ਗਾਹਕ ਆ ਰਹੇ ਨੇ ਉਹ ਵੀ ਇੱਥੇ ਕਾਫੀ ਖੁਸ਼ ਨੇ। ਪੁਲਰ ਸਾਹਿਬ, ਗਾਹਕ ਇੱਥੇ ਖੁਸ਼ ਨੇ, ਅਸੀਂ ਖੁਸ਼ ਹੈਗੇ ਹਾਂ, ਤੁਹਾਡਾ ਕਾਰੋਬਾਰ ਵਧੀਆ ਚੱਲ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਹੋਰ ਕੀ ਪਲਾਨਸ ਨੇ ਤੁਹਾਡੇ? ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਸਭ ਤੋਂ ਵੱਡਾ ਸਾਡਾ ਪਲਾਨ ਆ ਵੀ ਅਸੀਂ ਆਪਣੇ ਇਸ ਕਾਰੋਬਾਰ ਨੂੰ ਹੋਰ ਵਧਾਉਣਾ ਆ, ਅਤੇ ਦੇਖੋ ਆਪਾਂ ਮੇਨ ਜਿਹੜਾ ਜਿਹੜੀ ਕਮਿਊਨਿਟੀ ਦੀ ਸੇਵਾ ਕਰਨੀ ਆ, ਅਤੇ ਆਪਾਂ 7 ਦਿਨ ਰਹਿ ਕੇ ਉਹ ਕਰ ਰਹੇ ਹਾਂ, ਅਤੇ ਅੱਗੇ ਵੀ ਸਾਡਾ ਸਹਿਯੋਗ ਦਿਓ, ਅਤੇ ਜਿੰਨਾ ਜ਼ਿਆਦਾ ਅਸੀਂ ਸਮਾਨ ਵੇਚਾਂਗੇ ਉਨੀ ਸਾਡੀ ਬਾਇੰਗ ਪਾਵਰ ਵਧੇਗੀ, ਉਨਾ ਹੀ ਸਾਨੂੰ ਸਮਾਨ ਸਸਤਾ ਮਿਲੇਗਾ, ਉਨਾ ਹੀ ਸਮਾਨ ਸਸਤਾ ਲੋਕਾਂ ਨੂੰ ਦੇਵਾਂਗੇ। ਅਤੇ ਅਸੀਂ ਤਾਂ ਇਹੀ ਸਾਰਿਆਂ ਨੂੰ ਬੇਨਤੀ ਕਰ ਸਕਦੇ ਹਾਂ ਵੀ ਇੱਕ ਵਾਰੀ ਆਓ, ਟਰਾਈ ਕਰੋ, ਅਤੇ ਤੁਹਾਨੂੰ ਵਧੀਆ ਲੱਗੇ ਅਤੇ ਉਹ ਤੋਂ ਬਾਅਦ ਤੁਸੀਂ ਆਪਣੇ ਆਪ ਹੀ ਸਾਡੇ ਕੋਲ ਲਗਾਤਾਰ ਆਓਗੇ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪੁਲਰ ਸਾਹਿਬ, ਔਰ ਅਮਨਜੀਤ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ। ਸੋ ਬੈਸਟ ਪ੍ਰਾਈਜ਼ ਵਿੱਚ ਅੱਜ ਅਸੀਂ ਮੌਜੂਦ ਸੀ, ਔਰ ਨਜ਼ਰੀਆ ਪ੍ਰੋਗਰਾਮ ਇਹਨਾਂ ਦੇ ਨਾਲ ਕਰਨਾ ਬੜਾ ਜ਼ਰੂਰੀ ਸੀ, ਕਿਉਂਕਿ ਅਜਿਹੀ ਇੱਕ ਸਟੋਰ ਅਸੀਂ ਕੈਲੀਫੋਰਨੀਆ ਵਿੱਚ ਦੇਖਿਆ, ਸਟੋਕਟਨ ਵਿੱਚ ਦੇਖਿਆ, ਜਿੱਥੇ ਕਿ ਸਿਰਫ ਪੰਜਾਬੀ ਭਾਈਚਾਰੇ ਨੇ ਮੱਲਾਂ ਮਾਰੀਆਂ ਹੋਈਆਂ ਨੇ ਕੈਲੀਫੋਰਨੀਆ ਵਿੱਚ। ਤੁਸੀਂ ਵੀ ਬੈਸਟ ਪ੍ਰਾਈਜ਼ ਦਾ ਲਾਭ ਲੈ ਸਕਦੇ ਹੋ, ਫਾਇਦਾ ਲੈ ਸਕਦੇ ਹੋ ਸਾਡੇ ਇਸ ਸ਼ੋਅ ਵਿੱਚ ਜੁੜਨ ਦੇ ਲਈ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਨਜ਼ਰੀਆ। ਧੰਨਵਾਦ। Thank you.